ਵਿਆਖਿਆ ਸਹਿਤ ਸੰਪੂਰਨਤਾ ਦੇ ਨੇੜੇ ਪਹੁੰਚ ਗਈ ਹੈ। ਆਓ ਅਖੀਰਲੀਆਂ ਪੌੜੀਆਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲੇ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਸਵਾਰੀ ਸਾਧ ਸੰਗਤ। ਭਾਵੇਂ ਅਸੀਂ ਸਵੇਰੇ ਜਪਜੀ ਸਾਹਿਬ ਦੀ ਉਹ ਪੌੜੀ ਜਿਸ ਵਿੱਚ ਮਹਾਰਾਜ ਨੇ ਪਹਿਲੇ ਖੰਡ ਦੀ ਗੱਲ ਸਮਝਾਈ ਉਹਦੀ ਵਿਚਾਰ ਕਰ ਚੁੱਕੇ ਹਾਂ, ਪਰ ਫਿਰ ਇੱਕ ਵਾਰੀ ਉਸਨੂੰ ਲੜੀ ਜੋੜਨ ਵਾਸਤੇ ਦੁਹਰਾ ਦਿੰਦੇ ਹਾਂ। 34 ਨੰਬਰ ਪੌੜੀ ਦਾ ਪਾਠ ਇੱਕ ਵਾਰੀ ਫਿਰ ਕਰੋ। ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ
ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ। ਤਾਂ ਗੁਰੂ ਮਹਾਰਾਜ ਨੇ ਧਰਮ ਖੰਡ ਦੀ ਸਮਝ ਦੇਣ ਲਈ ਇੱਕ ਨਕਸ਼ਾ ਖਿੱਚ ਕੇ ਸਮਝਾਇਆ। ਆਖਿਆ ਪਰਮਾਤਮਾ ਨੇ ਜੀਵਾਂ ਦੀ ਮੇਰੀ ਤੁਹਾਡੀ ਸਭ ਦੀ ਸਹੂਲਤ ਲਈ ਰਾਤਾਂ ਵੀ ਬਣਾਈਆਂ ਨੇ, ਰੁੱਤਾਂ ਵੀ ਬਣਾਈਆਂ ਨੇ, ਛਿੱਤਾਂ ਬਾਹਰ ਆਦਿਕ ਵੀ ਹਨ, ਔਰ ਸਾਡੀ ਸਹੂਲਤ ਲਈ ਪਵਨ ਹਵਾ ਵੀ ਹੈ, ਪਾਣੀ ਵੀ ਹੈ, ਅੱਗ ਵੀ ਹੈ, ਪਤਾਲ ਵੀ। ਪਰ ਯਾਦ ਰੱਖੋ ਇਸ ਵਿੱਚ, ਇਸ ਸਾਰੀ ਰਚਨਾ ਦੇ ਵਿੱਚ ਜਿਹੜੀ ਧਰਤੀ ਹੈ ਇਹ ਧਰਮਸਾਲ ਹੈ, ਇਹ ਧਰਮ ਕਮਾਉਣ ਦੀ ਜਗ੍ਹਾ। ਔਰ ਇਹ ਉਪਦੇਸ਼ ਮਨੁੱਖ ਨੂੰ ਹੀ ਦਿੱਤਾ ਜਾਂਦਾ, ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ 84 ਲੱਖ ਜੋਨ ਸਬਾਈ ਮਾਣਸ ਕੋ ਪ੍ਰਭ ਦੀ ਵੱਡੀ। ਜਦੋਂ ਸਾਡੀਆਂ ਅਣਗਹਿਲੀਆਂ ਵੇਖਦੇ ਨੇ ਤੇ ਮਹਾਂਪੁਰਸ਼ ਤਾੜਨਾ ਵੀ ਕਰਦੇ, ਇਹ ਦੱਸ ਹੁਣ ਤੇ ਤੂੰ ਮਨੁੱਖ, ਜਦੋਂ ਤੇਰੇ 4 ਪੈਰ ਹੋਣਗੇ, 2 ਸਿੰਘ ਹੋਣਗੇ, ਮੂੰਹ ਤੋਂ ਗੂੰਗਾ ਹੋਵੇਗਾ, ਉਦੋਂ ਫਿਰ ਨਾਮ ਜਪੇ। 4 ਪਾਂਵ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁੰਗੇ, ਜੇ ਹੁਣ ਨਹੀਂ ਤੂੰ ਇਸ ਪਾਸੇ ਜੁੜਦਾ ਫਿਰ ਕਦੋਂ ਜੁੜੇ। ਉੱਥੇ ਤਾਂ ਉਠਤ ਬੈਠਤ ਠੇਂਗਾ ਪਰ ਹੈ, ਉੱਥੇ ਤਾਂ ਡੰਡੇ ਪੈਣੇ ਨੇ। ਤਬ ਕਤ ਮੂੰਡ ਲੁਕਈ ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਧਨ ਕੋਦੋ ਕੋ ਪਸ ਗਈ। ਸਾਰੋ ਦਿਨ ਡੋਲਤ ਬਨ ਮਈਆਂ ਅਜੋ ਨਾ ਪੇਟ ਗਈ, ਜਨ ਭਗਤਨ ਕੋ ਕਹਿਓ ਨਾ ਮਾਨੋ ਕੀਓ ਅਪਿਓ ਪਈ। ਇਸ ਤੋਂ ਵੱਧ ਹੋਰ ਸਮਝਾਉਣ ਦਾ ਕੋਈ ਤਰੀਕਾ ਨਹੀਂ। ਤਾਂ ਮਹਾਰਾਜ ਨੇ ਕਿਹਾ ਇਸ ਵਿੱਚ ਧਰਤੀ ਥਾਪ ਰੱਖੀ, ਇਹ ਧਰਮ ਕਮਾਉਣ ਦੀ ਜਗ੍ਹਾ, ਆਪਣੀ ਆਪਣੀ ਡਿਊਟੀ ਦਾ ਠੀਕ ਪਾਲਣ ਕਰੋ। ਫਿਰ ਆਖਿਆ ਇਸ ਵਿੱਚ ਜੀ ਜੁਗਤ ਕੇ ਰੰਗ, ਇਸ ਰਚਨਾ ਦੇ ਅੰਦਰ ਕਿਤਨੇ ਜੀਵ ਹਨ, ਕਿੰਨੇ ਉਹਨਾਂ ਦੇ ਰਹਿਣ ਦੇ ਤਰੀਕੇ ਜੁਗਤੀਆਂ ਹਨ, ਕਿਤਨੇ ਉਹਨਾਂ ਦੇ ਰੰਗ ਹਨ, ਔਰ ਤਿਨਕੇ ਨਾਮ ਅਨੇਕ ਅਨੰਤ। ਉਹਨਾਂ ਦੇ ਨਾਮ ਨਹੀਂ ਗਿਣੇ ਜਾ ਸਕਦੇ, ਅਨੇਕਾਂ ਹਨ, ਅਨੰਤ ਹਨ। ਫਿਰ ਪਾਤਸ਼ਾਹ ਨੇ ਕਰਮੀ ਕਰਮੀ ਹੋਏ ਬੀਜਾ, ਕੋਈ ਬੇਇਨਸਾਫੀ ਨਹੀਂ ਤੱਕਾਂ ਨਹੀਂ, ਜੋ ਕਰਮ ਅਸੀਂ ਕਰ ਰਹੇ ਹਾਂ ਉਹਨਾਂ ਕਰਮਾਂ ਉੱਤੇ ਵਿਚਾਰ ਹੋਵੇਗੀ। ਉੱਥੇ ਕੋਈ ਪੱਖਵਾਦ ਨਹੀਂ, ਕਿਸੇ ਦੀ ਕੋਈ ਸਿਫਾਰਿਸ਼ ਨਹੀਂ, ਕੋਈ ਕਿਸੇ ਨਾਲ ਧੱਕਾ ਨਹੀਂ, ਕਰਮੀ ਕਰਮੀ ਹੋਏ ਵਿੱਚ। ਹੁਣ ਅਸੀਂ ਕਰਮ ਕਰਨ ਵੇਲੇ ਸਾਵਧਾਨ ਹੋਣਾ। ਇਹ ਠੀਕ ਹੈ ਕਿ ਅਸੀਂ ਆਪਣੀ ਚਤੁਰਾਈ ਵਰਤ ਕੇ ਕਈ ਵਾਰੀ
ਬਚਣ ਦਾ ਯਤਨ ਵੀ ਕਰਦਾ। ਮੈਂ ਕੱਲ੍ਹ ਵੀ ਦਫ਼ਤਰ 'ਚ ਬੈਠਿਆਂ ਗੱਲ ਸੁਣਾਈ ਵੀ ਇੱਕ ਚੋਰ ਨੇ ਕਰ ਲਈ ਚੋਰੀ ਅਤੇ ਉਹ ਫੜਿਆ ਗਿਆ। ਜਦੋਂ ਫੜਿਆ ਗਿਆ ਜੱਜ 'ਤੇ ਪੇਸ਼ ਕੀਤਾ, ਕਹਿੰਦਾ ਜੱਜ ਸਾਹਿਬ ਮੈਂ ਨਹੀਂ ਚੋਰੀ ਕੀਤੀ, ਮੇਰੇ ਤੋਂ ਰੱਬ ਨੇ ਕਰਾਈ ਹੈ, ਮੇਰਾ ਕੀ ਦੋਸ਼? ਜੱਜ ਬੜਾ ਸਿਆਣਾ ਸੀ, ਕਹਿੰਦਾ ਬਿਲਕੁਲ ਠੀਕ, ਤੂੰ ਬੜਾ ਰੱਬ ਦਾ ਭਗਤ ਹੈ, ਮੰਨਣ ਵਾਲਾ, ਇਹ ਵੀ ਮੰਨਦਾ ਕਿ ਰੱਬ ਸਾਰਿਆਂ ਵਿੱਚ ਹੈ। ਜਿਹਨੇ ਤੇਰੇ ਵਿੱਚ ਬਹਿ ਕੇ ਚੋਰੀ ਕਰਾਈ ਉਹ ਮੈਨੂੰ ਕਹਿੰਦਾ 6 ਮਹੀਨੇ ਦੀ ਸਜ਼ਾ ਦੇ, 10 ਮੈਂ ਕੀ ਕਰਾਂਗੀ। ਮਤਲਬ ਜਦੋਂ ਅਸੀਂ ਹੁਜਤਬਾਜ਼ੀ ਨਾਲ ਆਪਣੇ ਆਪ ਨੂੰ ਬਚਾਓ ਦਾ ਯਤਨ ਕਰ, ਇਹ ਹੁਸ਼ਿਆਰੀ ਹੈ, ਗੱਲ ਸਮਝਣ ਦਾ ਯਤਨ। ਪਾਤਸ਼ਾਹ ਨੇ ਕਿਹਾ ਕਰਮੀ ਕਰਮੀ ਹੋਏ ਸੱਚਾ ਆਪ, ਉੱਥੇ ਕੋਈ ਕਿਸੇ ਨਾਲ ਰੂਹ ਰਿਆਇਤ ਨਹੀਂ, ਕੋਈ ਪੱਖਵਾਦ ਨਹੀਂ, ਕੋਈ ਗੱਲ ਨਹੀਂ। ਤਿੱਥੇ ਸੋਹਨ ਪੰਚ ਪਰਮ, ਸੋਹਨ ਦਾ ਮਤਲਬ ਸ਼ੋਭਦੇ ਹਨ, ਸ਼ੋਭਾ ਪਾਉਂਦੇ ਹਨ, ਮਾਣ ਪਾਉਂਦੇ ਹਨ ਪੰਚ ਪਰਮ, ਜਿਹੜੇ ਪਰਮਾਨੀਕ ਪੰਚ ਹਨ, ਭਾਵ ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨ ਕੇ ਆਪਣੇ ਜੀਵਨ ਨੂੰ ਸਵਾਰਿਆ ਹੈ। ਅਤੇ ਨਜ਼ਰੀ ਕਰਮ ਪਵੈ ਨਿਸ਼ਾਨ, ਉਹਨਾਂ ਉੱਤੇ ਮਿਹਰ ਦੀ ਨਜ਼ਰ ਦੇ ਨਾਲ ਨਿਸ਼ਾਨ ਪੈ ਜਾਂਦਾ, ਬਖਸ਼ਿਸ਼ ਹੋ ਜਾਂਦਾ, ਉਹਨਾਂ ਦੇ ਚਿਹਰੇ ਉੱਤੇ ਨੂਰ ਜਗਦਾ ਹੈ। ਕਿਉਂਕਿ ਉਹਨਾਂ ਨੇ ਆਪਣੇ ਕਰਮ ਕਰਨ ਵੇਲੇ ਬੜੀ ਸਾਵਧਾਨੀ ਵਰਤੀ ਹੈ, ਧਿਆਨ ਵਰਤੀ। ਫਿਰ ਮਹਾਰਾਜ ਕਹਿੰਦੇ ਨੇ ਲੋਕ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਣ ਜਾਂਦੇ, ਜਿਹਦੇ ਮਗਰ 4 ਵੋਟਾਂ ਹੋ ਜਾਣ, ਜਿਹਦੇ ਮਗਰ 4 ਹੂ ਹੱਲਾ ਕਰਨ ਵਾਲੇ ਹੋਣ, ਉਹੀ ਆਪਣੇ ਆਪ ਨੂੰ ਜੇਤੂ ਸਿੱਧ। ਆਖਿਆ ਨਹੀਂ, ਕੱਚ ਪਕਾਈ ਉੱਥੇ, ਕੱਚੇ ਅਤੇ ਪੱਕੇ ਦਾ ਪਤਾ ਉੱਥੇ ਜਾ ਕੇ ਲੱਗਣਾ। ਨਾਨਕ ਗਿਆ ਜਾਪੈ ਜਾ, ਇਹਨੂੰ ਗਿਆ ਵੀ ਕਹਿ ਸਕਦੇ ਹਾਂ, ਗਿਆ ਵੀ ਕਹਿ ਸਕਦੇ, ਗੱਲ ਇੱਕੋ ਹੀ ਹੈ ਭਾਈ, ਜਾਇਆ ਪਤਾ ਵੀ ਤੂੰ ਕੀ ਕੀਤਾ। ਹੁਣ ਜਿਹਨਾਂ ਨੂੰ ਤਾਂ ਹੋ ਗਿਆ ਗਿਆਨ, ਉਹ ਸਾਵਧਾਨ ਹੋ ਜਾਣ, ਅਤੇ ਜਿਹੜੇ ਫਿਰ ਵੀ ਆਖਣਗੇ ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਖਾਓ ਪੀਓ ਕਰੋ ਆਨੰਦ, ਫਿਰ ਉਹਨਾਂ ਦਾ ਤਾਂ ਕੋਈ ਇਲਾਜ ਨਹੀਂ ਹੈ। ਅਗਲੀ ਪੌੜੀ ਵਿੱਚ ਪਾਤਸ਼ਾਹ ਕਹਿੰਦੇ ਨੇ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਵਣ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਕਹੜਤ ਘੜੀਐ, ਰੂਪ ਰੰਗ ਕੇ ਵੇਸ, ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਧੂ ਉਪਦੇਸ਼, ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ਼, ਕੀਤੇ ਦੇਵ ਦਾਨਵ ਮੁਨ ਕੀਤੇ, ਕੀਤੇ ਰਤਨ ਸਮੁੰਦ, ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ,
ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਹੁਣ ਦੇਖੋ ਪਾਤਸ਼ਾਹ ਨੇ ਧਰਮ ਖੰਡ ਦੀ ਗੱਲ ਸਮਝਾ ਦਿੱਤੀ, ਫਿਰ ਉਹ 'ਤੇ ਮੋਹਰ ਲਾਈ ਵੀ ਧਰਮ ਖੰਡ ਕਾ ਇਹ ਹੋਤਾ। ਉਚਾਰਨ ਬਾਰੇ ਮੈਂ ਬੇਨਤੀ ਕੀਤੀ ਸੀ ਵੀ ਇੱਥੇ ਇਹੋ ਅਤੇ ਸਪੈਲਿੰਗ ਦੇਖ ਲਓ, ਈੜੀ ਨੂੰ ਏ ਲਾਵਾਂ, ਹਾਹੇ ਨੂੰ ਹੋ ਹੋੜ, ਇਹਨੂੰ ਆਪਾਂ ਸਾਰਿਆਂ ਨੇ ਇਹੋ ਪੜ੍ਹਿਆ ਅਤੇ ਇਹੋ ਹੀ ਪੜ੍ਹਿਆ। ਪਰ ਜਦੋਂ ਈੜੀ ਨੂੰ ਸਿਆਰੀ ਅਤੇ ਹਾਏ ਨੂੰ ਅੰਕੁੜ ਹੋਵੇ ਅਸੀਂ ਨੂੰ ਹੋਵੇ, ਇਹ ਉਹਨੂੰ ਵੀ ਇਹੋ ਹੀ ਪੜ੍ਹਦੇ। ਈੜੀ ਨੂੰ ਲਾ ਹੋਵੇ, ਹਾਏ ਨੂੰ ਅੰਕੁੜ ਹੋਵੇ, ਉਹਨੂੰ ਵੀ ਇਹੋ ਹੀ ਪੜ੍ਹਦੇ। ਇਹ ਗਲਤ, ਉਹਦਾ ਮਤਲਬ ਹੈ ਇਹ ਲੇਖਾ ਲਿਖ ਜਾਣਾ, ਉਹਨੂੰ ਇਹ ਪੜ੍ਹੋ। ਜਿਹੜਾ ਈੜੀ ਨੂੰ ਸਿਆਰੀ, ਹਾਏ ਨੂੰ ਅੰਕੁੜ, ਇਹ ਮਤਲਬ ਉਹਨਾਂ ਨੂੰ ਹੋੜਾ ਲਾ ਕੇ ਬੋਲਣਾ ਉਚਾਰਨ ਵਿਧੀ ਦੇ ਉਲਟ ਹੈ। ਤੋ ਹੁਣ ਮਹਾਰਾਜ ਕਹਿੰਦੇ ਵੀ ਧਰਮ ਖੰਡ ਦਾ ਧਰਮ ਤੇ ਤੁਹਾਨੂੰ ਦੱਸ ਦਿੱਤਾ। ਜਿਹੜਾ ਧਰਮ ਕਮਾਏਗਾ, ਜਿਹੜਾ ਠੀਕ ਡਿਊਟੀ ਕਰੇਗਾ, ਉਹਨੂੰ ਫਿਰ ਗਿਆਨ ਹੋ ਜਾਣਾ। ਕਿਉਂਕਿ ਬਾਣੀ 'ਚ ਲਿਖਿਆ ਕਿ ਸਭ ਤੋਂ ਪਹਿਲਾਂ ਮਨੁੱਖ ਨੂੰ ਡਿਊਟੀ ਕਰਨੀ ਚਾਹੀਦੀ, ਡਿਊਟੀ ਨਾਲ ਗਿਆਨ ਹੋ ਜਾਣਾ। ਭਗਤ ਕਬੀਰ ਜੀ ਨੇ ਬੜੀ ਕਿਰਪਾ ਕੀਤੀ, ਕਿਹਾ ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ। ਇੱਕ ਨਿਯਮ ਹੈ ਕੁਦਰਤ ਦਾ ਵੀ ਜਦੋਂ ਫਲਦਾਰ ਦਰਖਤ ਨੂੰ ਫੁੱਲ ਆਉਂਦੇ ਨੇ, ਉਹ ਇਸ ਗੱਲ ਦੇ ਸੂਚਕ ਨੇ ਕਿ ਹੁਣ ਫਲ ਆਏ। ਜਦੋਂ ਫਲ ਲੱਗਣ ਲੱਗਦੇ ਨੇ, ਫੁੱਲ ਚੜ ਜਾਂਦੇ। ਇਸੇ ਤਰ੍ਹਾਂ ਜਿਹੜੀ ਪਹਿਲੀ ਸਟੇਜ ਹੈ ਉਹ ਹੈ ਕਰਮ। ਕਰਮ ਜਦੋਂ ਕੋਈ ਬੰਦਾ ਕਰਮ ਕਰਦਾ ਹੈ, ਫਿਰ ਉਹਨੂੰ ਅਨੁਭਵ ਹੋ ਜਾਂਦਾ, ਤਜਰਬਾ ਹੋ ਜਾਂਦਾ, ਉਹਨੂੰ ਕਹਿੰਦੇ ਨੇ ਗਿਆਨ। ਹੁਣ ਦੇਖੋ ਇੱਕ ਅਣਜਾਣ ਬੰਦਾ ਗਲਤੀ ਕਰੇ ਤਾਂ ਅਸੀਂ ਸਾਰੇ ਕਹਿ ਦਿੰਦੇ ਕੋਈ ਗੱਲ ਨਹੀਂ ਜੀ, ਅਣਜਾਣ ਹੈ, ਗਲਤੀ। ਪਰ ਜਿਹੜਾ ਜਾਣ ਬੁੱਝ ਕੇ ਕਰੇ, ਉਹਦੇ ਲਈ ਫਿਰ ਕੀ ਹੁੰਦਾ ਰਵੱਈਆ, ਵੀ ਇਹਦੇ ਹੋਰ ਚਾਰ ਛਿੱਤਰ ਮਾਰੋ, ਇਹਨੂੰ ਪਤਾ ਸੀ ਸਾਰੇ, ਇਹਨੇ ਜਾਣ ਬੁੱਝ ਕੇ ਕੀਤੀ। ਮਤਲਬ ਕਹਿਣ ਤੋਂ ਕਿ ਜਿਹੜਾ ਪ੍ਰੈਕਟੀਕਲ ਕਰੇਗਾ ਗੁਰੂ ਦੇ, ਉਹਨੂੰ ਗਿਆਨ ਹੋ ਜਾਣ। ਹੁਣ ਮਹਾਰਾਜ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਹੁਣ ਗਿਆਨ ਖੰਡ ਦੀ ਅਵਸਥਾ ਦੱਸੋ ਜੀ। ਮਹਾਰਾਜ ਕਹਿੰਦੇ ਸੁਣੋ, ਗਿਆਨ ਵਿੱਚ ਬੜਾ ਵਸੀ ਗਿਆਨ ਹੋ ਜਾਣ। ਇਹਦੇ ਵਿੱਚ ਹੁਣ ਕੇਤੇ ਅਤੇ ਕੇਤੀ ਜਾਂ ਕੇਤੀਆਂ, ਜਿੱਥੇ ਪੁਲਿੰਗ ਹੈ ਉੱਥੇ ਕੇਤੇ, ਜਿੱਥੇ ਫੀਮੇਲ ਹੈ ਇਸਤਰੀ ਲਿੰਗ ਹੈ ਉੱਥੇ ਕੇਤੇ ਕੇਤੀਆਂ, ਇਹ ਧਿਆਨ ਰੱਖਣਾ। ਪਹਿਲੀ ਪੰਕਤੀ ਹੈ ਕੇਤੇ ਪਵਨ ਪਾਣੀ ਵਹਿ ਸੰਤਨ, ਕਿਤਨੀ ਤਰ੍ਹਾਂ ਦੀ ਹਵਾ ਹੈ। ਤੁਸੀਂ ਆਖੋਗੇ ਹਵਾ ਇੱਕੋ ਤਰ੍ਹਾਂ ਦੀ ਹੁੰਦੀ, ਨਹੀਂ ਨਹੀਂ, ਕਿਧਰੇ ਠੰਡੀ, ਕਿਧਰੇ ਤੱਤੀ, ਕਿਧਰੇ ਸਿੱਲੀ, ਕਿਧਰੇ ਗਿੱਲੀ, ਕਿਧਰੇ ਖੁਸ਼ਕ, ਕਿਧਰੇ ਤਰ, ਬੜੀ ਤਰ੍ਹਾਂ ਦੀ ਪਾਣੀ, ਕਈ ਤਰ੍ਹਾਂ ਦਾ, ਕਿਧਰੇ ਖਾਰਾ, ਕਿਧਰੇ ਭਾਰਾ, ਕਿਧਰੇ ਹੌਲਾ, ਕਿਧਰੇ। ਫਿਰ ਕੇਤੇ ਪਵਨ ਪਾਣੀ ਵਹਿ ਸੰਤਨ, ਅੱਗ ਵੀ ਕਈ ਤਰ੍ਹਾਂ ਦੀ, ਚਾਰ ਪ੍ਰਕਾਰ ਦੀ ਅੱਗ ਸਿਆਣਿਆਂ ਨੇ ਕਹੀ ਹੈ। ਜਠਰ ਅਗਨੀ, ਬੜਵਾ ਨਾਲ ਅਗਨੀ, ਡਾਉਂ ਅਗਨੀ ਅਤੇ ਪ੍ਰਤੱਖ ਅਗਨੀ।
ਪਰ ਜੇ ਗੁਰਬਾਣੀ ਪੜ੍ਹੀਏ ਤਾਂ ਇਹਦੇ 'ਚ ਬਹੁਤ ਕੁਝ ਲਿਖਿਆ। ਤ੍ਰਿਸ਼ਨਾ ਵੀ ਅੱਗ ਹੈ, ਕ੍ਰੋਧ ਵੀ ਅੱਗ ਹੈ, ਔਰ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਬੜੀਆਂ ਅੱਗਾਂ। ਜਦੋਂ ਗਿਆਨ ਹੋ ਜਾਏਗਾ ਫਿਰ ਸਮਝ ਆ ਜਾਏਗੀ, ਕੇਤੇ ਪਵਨ ਪਾਣੀ ਮੈਂ ਸੰਤਰ ਕੇਤੇ ਕਾਨ ਮੈਂ। ਇਹਨੂੰ ਲਿਖਿਆ ਕਾਨ ਹੈ, ਪਰ ਕਾਨ ਪੜਾਂਗੇ ਤੇ ਕੰਨ ਬਣ ਜਾਏ। ਇਹ ਸੂਚਕ ਹੈ ਕਾਨ ਦਾ, ਕ੍ਰਿਸ਼ਨ ਦਾ। ਕਿੰਨੇ ਹੀ ਕ੍ਰਿਸ਼ਨ ਹਨ ਤੇ ਕਿੰਨੇ ਹੀ ਮਹੇਸ਼ ਸ਼ਿਵ ਜੀ ਹਨ। ਫਿਰ ਕੇਤੇ ਬ੍ਰਹਮੇ ਘਾੜਤ ਘੜੀ, ਕਿਤਨੇ ਹੀ ਬ੍ਰਹਮੇ ਹਨ ਜਿਹੜੇ ਘਾੜਤ ਘੜ ਰਹੇ। ਖਿਆਲ ਹੈ ਗੁਰੂ ਸਾਹਿਬ ਇਸ ਬੈਸਟ ਨਹੀਂ ਪੈਂਦੇ ਵੀ ਕੋਈ ਬ੍ਰਹਮਾ ਹੈ ਕਿ ਨਹੀਂ, ਕਹਿੰਦੇ ਉਹਦੀ ਬੇਅੰਤ ਰਚਨਾ ਹੈ। ਰੂਪ ਰੰਗ ਕੇ ਵੇਸ, ਕਈ ਰੂਪਾਂ ਦੇ ਬੰਦੇ, ਕਈ ਰੰਗਾਂ ਦੇ, ਕਈ ਵੇਸ ਪਹਿਰਾਵਿਆਂ ਵਾਲੇ। ਕੇਤੀਆਂ ਕਰਮ ਭੂਮੀ, ਇੱਥੇ ਹੁਣ ਇਸਤਰੀ ਲਿੰਗ ਹੈ। ਕਰਮ ਭੂਮੀ ਦਾ ਮਤਲਬ ਹੈ ਕਰਮ ਕਮਾਉਣ ਦੀ ਜਗ੍ਹਾ। ਸਿਰਫ ਇੰਡੀਆ ਹੀ ਨਹੀਂ ਹੈਗਾ, ਹੋਰ ਬੜੇ ਦੇਸ਼। ਮੇਰ ਕੇਤੇ ਕਿਤਨੇ ਹੀ ਪਹਾੜ ਹਨ, ਕੇਤੇ ਧੂਪ ਦੇਸ ਕਿਤਨੇ ਹੀ ਧਰੂ ਹਨ, ਭਗਤ ਤੇ ਉਹਨਾਂ ਦੇ ਉਪਦੇਸ਼ ਵੀ। ਕੇਤੇ ਇੰਦ ਕਿਤਨੇ ਹੀ ਇੰਦਰ ਹਨ, ਚੰਦ ਸੂਰ ਕੇਤੇ ਅੱਜ ਸਾਇੰਸ ਵਾਲੇ ਲੱਭ ਰਹੇ ਨੇ ਵੀ ਜੀ ਉੱਥੇ ਚੰਦਰਮਾ ਹੈ, ਉੱਥੇ ਹੋਰ ਹੈ, ਕਿਤੇ ਸੂਰਜ ਹੈ ਉੱਥੇ ਹੋਰ। ਮਹਾਰਾਜ ਨੇ ਕਿਹਾ ਨਹੀਂ, ਬੇਅੰਤ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ, ਮੰਡਲ ਦਾ ਮਤਲਬ ਹੈ ਤਾਰਾ ਮੰਡਲ, ਕਿਤਨੇ ਤਾਰੇ ਹਨ ਅਤੇ ਕਿਤਨੇ ਉਹਨਾਂ ਦੇ ਮੰਡਲ ਹਨ, ਅਤੇ ਉਹਨਾਂ ਦੇ ਆਕਾਰ, ਉਹਨਾਂ ਦੇ ਸਰਕਲ, ਉਹਨਾਂ ਦੇ ਵਰਗ ਖੇਤਰ ਵੱਖ ਵੱਖ। ਕਿਤਨੇ ਹੀ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇ, ਕਿਤਨੇ ਹੀ ਸਿੱਧ ਸਿੱਧੀ ਪ੍ਰਾਪਤ ਕਰਨ ਵਾਲੇ, ਬੁੱਧ ਅਵਤਾਰ ਤਥਾ ਬੁੱਧੀ ਵਾਲੇ ਨਾਥ ਜੋਗੀਆਂ ਵਿੱਚ ਜਿਹੜੇ ਵੱਡੇ ਹੋਣ ਉਹਨਾਂ ਨਾਥ ਕਹਿੰਦੇ। ਕਿਤਨੇ ਕੇਤੇ ਦੇਵੀ, ਕਿਤਨੇ ਹੀ ਦੇਵੀਆਂ ਦੇ ਪਹਿਰਾਵੇ ਹਨ। ਕਦੇ ਜਾਓ ਹਿਮਾਚਲ ਵਿੱਚ, ਪਤਾ ਨਹੀਂ ਕਿੰਨੀਆਂ ਕੁ ਦੇਵੀਆਂ, ਚਿੰਤਪੁਰਨੀ, ਮੈਂ ਪੜ੍ਹ ਪੜ੍ਹ ਕੇ ਹੈਰਾਨ ਹੋ ਜਾਈਦਾ, ਹਿੰਗਲਾ ਦੇਵੀ, ਪਿੰਗਲਾ ਦੇਵੀ, ਚਿੰਗਲਾ, ਪਤਾ ਹੀ ਕੋਈ ਨਹੀਂ। ਉਹਨਾਂ ਦੇ ਪਹਿਰਾਵੇ ਵੀ ਵੱਖਰੇ ਵੱਖਰੇ। ਫਿਰ ਮਹਾਰਾਜ ਕਹਿੰਦੇ ਕੇਤੇ ਦੇਵ, ਦੇਵਤੇ ਕਿਤਨੇ ਹਨ, ਦਾਨਵ ਕੇਤੇ, ਰਾਕਸ਼ਸ ਕਿਤਨੇ, ਮੁਨ ਕੇਤੇ ਜਿਹੜੇ ਮੌਨ ਧਾਰਨ ਕਰਕੇ ਬੈਠੇ ਨੇ ਜਾਂ ਰਿਸ਼ੀ ਮੁਨੀ, ਉਹ ਕਿੰਨੇ, ਅਤੇ ਕੇਤੇ ਰਤਨ ਸਮੁੰਦਰ, ਕਿੰਨੇ ਸਮੁੰਦਰ ਹਨ ਅਤੇ ਕਿੰਨੇ ਉਹਨਾਂ ਸਮੁੰਦਰਾਂ ਵਿੱਚ ਰਤਨ ਹਨ, ਕੋਈ ਅੰਤ ਹੀ। ਕੇਤੀਆਂ ਖਾਣੀ, ਖਾਣੀਆਂ ਅਸੀਂ ਆਪਣੀ ਸਹੂਲਤ ਲਈ ਕਹਿ ਲਓ ਜਾਂ ਵਿਦਵਾਨਾਂ ਨੇ ਚਾਰ ਮੰਨੀਆਂ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡੇ ਤੋਂ ਜਨਮ ਲੈਣ ਵਾਲੀਆਂ, ਜ਼ੇਰ ਤੋਂ ਜਨਮ ਲੈਣ ਵਾਲੀਆਂ, ਪਸੀਨੇ ਤੋਂ ਜਨਮ ਲੈਣ ਵਾਲੀਆਂ, ਅਤੇ ਜਿੰਨੀ ਬਨਸਪਤੀ। ਪਰ ਇੱਥੇ ਬਸ ਨਹੀਂ ਹੈ, ਹੋਰ ਕਿਤਨੀਆਂ ਨੇ ਸਾਨੂੰ ਕੋਈ ਪਤਾ ਨਹੀਂ। ਅਸੀਂ ਉਸ ਬਹਿਸ ਵਿੱਚ ਨਹੀਂ ਜਾਂਦੇ ਵੀ ਕਿੰਨੀਆਂ ਨੇ, ਦੱਸੋ ਜੀ, ਕੌਣ ਗਿਣਤੀ ਕਰੇ, ਕਰ ਹੀ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਚਾਰ ਪ੍ਰਕਾਰ ਦੀ ਬਾਣੀ ਮੰਨੀ ਗਈ ਹੈ। ਪਰਾ, ਪਸੰਤੀ, ਮਧਮਾ, ਬੈਖਰੀ।
ਪਰ ਇਹਦਾ ਅੰਤ ਕੋਈ ਨਹੀਂ ਹੈ। ਕੇਤੇ ਪਾਤ ਨਰਿੰਦ, ਕਿਤਨੇ ਰਾਜੇ ਹਨ ਨਰਾਂ ਦੇ ਇੰਦ, ਕਿਤਨੇ ਪਾਤਸ਼ਾਹ ਹਨ ਕੋਈ ਗਿਣਤੀ। ਕੇਤੀਆਂ ਸੁਰਤੀ, ਸਿਮਰਤੀਆਂ ਕਿਤਨੀਆਂ ਹਨ, ਔਰ ਸੇਵਕ ਕੇਤੇ, ਉਹਨਾਂ ਨੂੰ ਮੰਨਣ ਵਾਲੇ ਸੇਵਕ ਕਿਤਨੇ ਹਨ। ਦੇਖੋ ਕੇਤੀਆਂ ਸੁਰਤੀ, ਸੁਰਤੀ ਇਸਤਰੀ ਲਿੰਗ ਹੈ ਇਸ ਲਈ ਕੇਤੀਆਂ। ਸੇਵਕ ਕੇਤੇ ਪੁਲਿੰਗ ਹੈ, ਸੇਵਕ ਦਾ ਕੱਕਾ ਮੁਕਤਾ ਹੈ, ਕਿਤਨੇ ਸੇਵਕ। ਨਾਨਕ ਅੰਤ ਨਾ ਅੰਤ, ਕੋਈ ਅੰਤ ਹੀ ਨਹੀਂ, ਕੋਈ ਦਾਵਾ ਨਹੀਂ ਕਰ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਪ੍ਰੈਕਟੀਕਲੀ ਕਰਦਾ ਉਹਨੂੰ ਗਿਆਨ ਹੋ ਜਾਂਦਾ। ਮਹਾਰਾਜ ਦੇ ਦੱਸਣ ਦਾ ਮਤਲਬ ਇਹ ਹੈ ਕਿ ਉਹਦਾ ਗਿਆਨ, ਨੌਲੇਜ ਸੋਝੀ ਪਸੀ ਹੋ ਜਾਂਦੀ। ਦੇਖੋ ਨਾ, ਜਿਹੜਾ ਖੂਹ ਦਾ ਡੱਡੂ ਹੈ ਉਹ ਖੂਹ 'ਚ ਹੀ ਰਹਿੰਦਾ। ਆਮ ਕਹਾਵਤ ਸਿਆਣੇ ਕਹਿੰਦੇ ਨੇ ਬਈ ਸਮੁੰਦਰ ਦਾ ਡੱਡੂ ਖੂਹ ਦੇ ਡੱਡੂ ਨੂੰ ਮਿਲਿਆ, ਕਹਿੰਦਾ ਕਿੱਥੇ ਤੂੰ ਬੈਠਾ, ਆ ਤੈਨੂੰ ਸਮੁੰਦਰ ਦਿਖਾਈ। ਉਹਨੇ ਖੂਹ 'ਚ ਛੜੱਪਾ ਮਾਰਿਆ, ਕਹਿੰਦਾ ਇੰਨਾ ਕੁ ਵੱਡਾ? ਉਹਨੇ ਕਿਹਾ ਨਹੀਂ, ਉਹ ਬਹੁਤ ਵੱਡਾ। ਉਹਨੇ ਕੋਈ ਹੋਰ ਛੜੱਪਾ ਮਾਰਿਆ। ਹੁਣ ਖੂਹ ਦਾ ਡੱਡੂ ਤੇ ਖੂਹ 'ਚ ਹੀ ਛੜੱਪੇ ਮਾਰੇ। ਜਿਹਨੇ ਵਿਸ਼ਾਲਤਾ ਦੇਖੀ ਨਹੀਂ ਉਹਨੂੰ ਕੀ ਪਤਾ ਹੈ। ਤੋ ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਚੱਲੇ ਉਹਨੂੰ ਫਿਰ ਪਰਮਾਤਮਾ ਦੀ ਵਿਸ਼ਾਲਤਾ ਦਾ ਪਤਾ ਲੱਗਣਾ, ਔਰ ਉਹ ਕਹੇਗਾ ਨਾਨਕ ਅੰਤ ਨਾ, ਉਹ ਐਂਡਲੈਸ ਹੈ, ਉਹਦਾ ਕੋਈ ਅਖੀਰ ਨਹੀਂ ਪਾ ਸਕਦਾ। ਪਿੱਛੇ ਅਸੀਂ ਪੜ੍ਹ ਚੁੱਕੇ ਹਾਂ, ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ। ਲਓ ਇੱਥੇ ਤੱਕ ਅਸੀਂ 35 ਪੌੜੀਆਂ ਪੂਰੀਆਂ ਕਰੀਏ, ਅੱਗੇ ਚੱਲੀਏ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਡ ਆਨੰਦ, ਸ਼੍ਰਮ ਖੰਡ ਕੀ ਬਾਣੀ ਰੂਪ, ਜਿੱਥੇ ਘੜਤ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਠੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾ ਚਦਾਂ ਕੀ ਸੁਧ। ਦੇਖੋ ਪਾਤਸ਼ਾਹ ਦੇ ਸਮਝਾਉਣ ਦਾ ਤਰੀਕਾ ਇਤਨਾ ਸਰਲ ਹੈ, ਪਰ ਅਸੀਂ ਬੇਪਰਵਾਹੀ ਨਾਲ ਪਾਠ ਕਰਦੇ ਹਾਂ, ਫਿਰ ਉਹਨੇ ਸਾਨੂੰ ਸਮਝ ਨਹੀਂ ਆਈ। ਕਈ ਤਾਂ ਕਹਿਣਗੇ ਮੈਨੂੰ ਇੰਨੀ ਦੇਰ ਹੋ ਕੇ ਪਾਠ ਕਰਦੇ ਹਾਂ, ਭਾਈ ਜੇ ਸਮਝ ਕੇ ਨਹੀਂ ਕੀਤਾ ਤਾਂ ਹੁਣ ਕਸੂਰ ਕਿਹੜਾ ਕਰੀਏ, ਸਮਝ ਕੇ ਕਰੀਏ। ਮਹਾਰਾਜ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਪ੍ਰਚੰਡ ਦਾ ਮਤਲਬ ਪੂਰੇ ਜੋਬਨ ਤੇ, ਉਹਦੀ ਨੌਲੇਜ ਇਤਨੀ ਵਸੀਹ ਹੋ ਜਾਂਦੀ ਹੈ, ਉਹਨੂੰ ਫਿਰ ਪਰਮਾਤਮਾ ਦੀ ਬੇਅੰਤਤਾ ਦਾ ਨੌਲੇਜ ਹੋ ਜਾਂਦੀ। ਕਹਿੰਦਾ ਬਹੁਤ ਵੱਡਾ ਹੈ, ਅਸੀਂ ਤਾਂ ਐਵੇਂ ਛੋਟੇ ਜਿਹੇ ਸਮਝਦੇ ਤਾਂ ਬਹੁਤ ਵੱਡੀ ਖਲਾ ਰੱਖਦਾ। ਤੋ ਪ੍ਰਚੰਡ ਦਾ ਮਤਲਬ ਹੈ ਪੂਰੇ ਜੋਬਨ। ਤਿੱਥੇ ਨਾਦ ਬਿਨੋਦ ਕੋੜ ਅਨੰਦ, ਉਸ ਅਵਸਥਾ ਵਿੱਚ ਜਦੋਂ ਗਿਆਨ ਹੋ ਜਾਂਦਾ ਫਿਰ ਕਈ ਤਰ੍ਹਾਂ ਦੀਆਂ ਧੁਨੀਆਂ, ਕਈ ਤਰ੍ਹਾਂ ਦੇ ਅਜਬ ਕੌਤਕ ਤਮਾਸ਼ੇ ਵੀ ਨਜ਼ਰ ਆਉਂਦੇ ਔਰ ਆਨੰਦ ਖੁਸ਼ੀ ਵੀ ਹੁੰਦੀ। ਕਈ ਬੰਦੇ ਇੱਥੇ ਰੁਕ ਜਾਂਦੇ, ਖਿਮਾ ਕਰ, ਉਹ ਪੂਜਾ ਕਰਾਉਣ ਲੱਗ ਪੈਂਦੇ, ਸੰਤ ਜੀ ਬਣ ਕੇ ਬਹਿ ਜਾਂਦੇ, ਬ੍ਰਹਮ ਗਿਆਨੀ ਬਣ ਜਾਂਦੇ, ਬੱਚੀ ਪੈ ਜਾਂਦੀ।
ਕਬੀਰ ਜੀ ਨੇ ਉਹਨਾਂ 'ਤੇ ਤਰਸ ਖਾਧਾ। ਆਖਿਆ ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਸਿੱਖ ਸਾਖਾ ਬਹੁਤੇ ਕੀ, ਚੇਲੇ ਬਣਾ ਲਏ, ਚੇਲੀਆਂ ਬਣਾ ਲਈ, ਕੇਸੋ ਕੀਓ ਨਾ ਮੀਤ। ਪਰਮੇਸ਼ੁਰ ਨੂੰ ਮਿੱਤਰ ਬਣਾਉਣਾ ਸੀ, ਉਹ ਬਣਾਇਆ ਹੀ ਨਹੀਂ, ਰਾਹ 'ਚ ਫਸ ਗਿਆ। ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕੇ ਚੀਤ। ਘਰੋਂ ਤੇ ਤੁਰੇ ਸਨ ਵੀ ਰੱਬ ਨੂੰ ਮਿਲਣ, ਪਰ ਰਾਹ 'ਚ ਬਸ ਚੇਲੇ ਚੇਲੀਆਂ 'ਚ ਫਸ ਕੇ ਰਹਿ ਗਏ। ਬੀਚੇ ਅਟਕੇ ਹੋ, ਸਾਡਾ ਇਹ ਨਿਸ਼ਾਨਾ ਨਹੀਂ। ਸਾਡਾ ਨਿਸ਼ਾਨਾ ਤੇ ਸੱਚਖੰਡ ਤੱਕ ਪਹੁੰਚਣ ਦਾ, ਅਤੇ ਗੁਰੂ ਦੀ ਜ਼ਿੰਮੇਵਾਰੀ ਵੀ ਇਹ ਸੱਚਖੰਡ ਤੱਕ ਪਹੁੰਚਾਉਣ। ਤੋ ਮਹਾਰਾਜ ਨੇ ਕਿਹਾ ਗਿਆਨ ਖੰਡ ਮੈਂ ਟਿੱਠੇ ਨਾਦ ਵਿਨੋਦ ਕੋਡ। ਹੁਣ ਜਦੋਂ ਗਿਆਨ ਹੋ ਜਾਏ, ਜਿਹੜਾ ਬੰਦਾ ਮੈਂ ਜਾਂ ਤੁਸੀਂ ਇਹ ਕਹੀਏ, ਸਾਨੂੰ ਪਤਾ ਲੱਗ ਗਿਆ, ਸਾਨੂੰ ਸਮਝ ਆ ਗਈ, ਫਿਰ ਅੱਗੇ ਹੈ ਮਿਹਨਤ ਦਾ ਖੰਡ। ਇਹਨੂੰ ਕਹਿੰਦੇ ਸ਼ਰਮ ਖੰਡ। ਇੱਥੇ ਸ਼ਰਮ ਬੇਸ਼ਰਮ ਦੀ ਗੱਲ ਨਹੀਂ, ਸ਼ਰਮ ਖੰਡ, ਮਿਹਨਤ ਦਾ ਖੰਡ, ਕਮਾਈ ਕਰਨ ਦਾ ਖੰਡ। ਪਾਤਸ਼ਾਹ ਕਹਿੰਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ। ਜਦੋਂ ਕੋਈ ਮਿਹਨਤ ਕਰੇਗਾ, ਗੁਰੂ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਉੱਠੇਗਾ, ਇਸ਼ਨਾਨ ਕਰੇਗਾ, ਨਿਤਨੇਮ ਕਰੇਗਾ, ਬਾਣੀ ਕਰੇਗਾ, ਉਹਦਾ ਜਿਹੜੀ ਬਣਾਵਟ ਹੈ ਬਣਤਰ, ਇੱਥੇ ਬਾਣੀ ਦਾ ਮਤਲਬ ਬਣਾਵਟ। ਹਾਂਜੀ, ਕੋਡ ਦਾ ਮਤਲਬ ਹੈ ਤਮਾਸ਼ੇ। ਵਿਨੋਦ ਵੀ ਉਸ ਅਵਸਥਾ ਦੇ ਕਈ ਰੰਗ ਦੇਖਣ ਨੂੰ ਮਿਲਦੇ। ਵਿਨੋਦ ਸ਼ਬਦ ਤੁਸੀਂ ਆਮ ਵਰਤਦੇ ਹੋ, ਪਰ ਉੱਥੇ ਮਤਲਬ ਕਈ ਤਰ੍ਹਾਂ ਦੀਆਂ ਅਸਚਰਜ ਚੀਜ਼ਾਂ ਦੇਖਣ ਨੂੰ ਮਿਲਦੀਆਂ। ਉਹ ਇੱਕ ਅਵਸਥਾ ਹੈ, ਜਿਸ ਅਵਸਥਾ ਵਿੱਚ ਅਸੀਂ ਨਹੀਂ ਪਹੁੰਚੇ, ਸਾਨੂੰ ਨਹੀਂ ਪਤਾ ਲੱਗੇਗਾ। ਜਿਹੜਾ ਪਹੁੰਚਿਆ, ਮੈਨੂੰ ਕਈ ਮਿਲਦੇ ਨੇ, ਮੈਂ ਜੀ ਨਿਤਨੇਮ ਤਾਂ ਕਰੀਦਾ, ਬੜਾ ਆਨੰਦ ਆਉਂਦਾ, ਪਰ ਫਿਰ ਨਾ ਬਸ ਉੱਥੇ ਰੁਕ ਜਾਈਦਾ, ਦੱਸਣ ਲੱਗ ਪਈਦਾ ਲੋਕਾਂ ਨੂੰ। ਕਈਆਂ ਨੂੰ ਨਹੀਂ ਚੈਨ ਆਉਂਦਾ, ਉਹ ਫਿਰ ਅੱਜ ਬੜਾ ਆਨੰਦ ਆਇਆ ਜੀ, ਅੱਜ ਬੜਾ ਆਨੰਦ ਆਇਆ, ਉੱਥੇ ਰੁਕ। ਇਹ ਤਾਂ ਦੱਸਣ ਵਾਲਾ ਸੌਦਾ ਨਹੀਂ ਹੈ, ਇਹਨੂੰ ਤਾਂ ਅੰਦਰ ਜਜ਼ਬ ਕਰਨ ਦੀ ਲੋੜ ਹੈ। ਇਹਨੂੰ ਕਹਿੰਦੇ ਅਜਰ ਜਰਨਾ। ਇਹੋ ਜਿਹੇ ਕਈ ਵਿਨੋਦ, ਕਈ ਕੋਡ, ਕਈ ਅਸਚਰਜ ਤਮਾਸ਼ੇ, ਪਰ ਜਿਹੜਾ ਤੁਰੇ ਤਿੱਥੇ ਨਾਦ ਵਿਨੋਦ, ਉਹ ਹੋਰ ਮਿਹਨਤ ਕਰੇਗਾ, ਹੋਰ ਮਹਾਰਾਜ ਦੇ ਦੱਸੇ ਅਨੁਸਾਰ ਕਮਾਈ ਕਰੇਗਾ। ਫਿਰ ਸ਼ਰਮ ਖੰਡ ਕੀ ਬਾਣੀ ਰੂਪ ਦਾ ਮਤਲਬ ਹੈ ਸੁੰਦਰਤਾ, ਉਹਦੇ ਹਰ ਕੰਮ ਵਿੱਚ ਸੁੰਦਰਤਾ ਆ ਜਾਏ, ਉਹਦੇ ਬੋਲਣ ਵਿੱਚ, ਬੈਠਣ ਵਿੱਚ। ਹੋਰ ਸੌਖਾ ਕਰਨਾ ਹੋਵੇ ਵੀ ਜਿਵੇਂ ਡਾਕਟਰ ਲੋਕ ਕਹਿੰਦੇ ਵੀ ਸੈਰ ਕਰੋ, ਅਤੇ ਤੁਸੀਂ ਸੈਰ ਕਰਨੀ ਸ਼ੁਰੂ ਕਰ ਦਿੱਤੀ। ਹੁਣ ਸੈਰ ਕਰਨ ਦੇ ਨਾਲ, ਸੈਰ ਕਰਨ ਵਾਲੇ ਅਤੇ ਨਾ ਕਰਨ ਵਾਲੇ 'ਚ ਕੀ ਫਰਕ ਹੈ ਪਤਾ ਲੱਗ ਜਾਏ। ਸੈਰ ਕਰਨ ਵਾਲੇ ਦਾ ਸਰੀਰ ਸਡੋਲ ਹੋ ਜਾਏਗਾ, ਮੇਰੇ ਵਰਗੇ ਵਿਹਲੇ ਦਾ ਢਿੱਡ ਵੱਧ ਜਾਏਗਾ, ਫਰਕ ਪਏਗਾ। ਮਤਲਬ ਕਹਿਣ ਤੋਂ ਕਿ ਉਹਦੀ ਬਣਤਰ ਸੁੰਦਰਤਾ ਦੇ ਰੂਪ 'ਚ, ਉਹ ਸੁੰਦਰਤਾ ਸਿਰਫ ਸਰੀਰ ਦੀ ਨਹੀਂ, ਉਹਦੇ ਵਿਚਾਰਾਂ ਦੀ ਵੀ ਸੁੰਦਰਤਾ ਹੋ ਜਾਏ। ਉਹਦਾ ਬੋਲਣਾ, ਉਹਦਾ ਵਰਤਣਾ, ਬਿਹੇਵੀਅਰ, ਸਭ ਕੁਝ ਬਦਲ ਜਾਏ। ਸ਼ਰਮ ਖੰਡ ਕੀ ਬਾਣੀ ਕਿੱਥੇ, ਉਸ ਅਵਸਥਾ ਵਿੱਚ ਘਾੜਤ ਘੜੀ ਹੈ ਬਹੁਤ, ਮਨ ਇਹੋ ਹੀ ਹੈ, ਮਨ ਉਦੋਂ ਵੀ ਹੈ
ਪਰ ਹੁਣ ਮਨ ਦੀ ਘਾੜਤ ਅਨੂਪ ਅਨੂਪ ਸ਼ਬਦ ਜਿਹੜਾ ਇਹ ਥੋੜ੍ਹਾ ਜਿਹਾ ਔਖਾ ਹੈ, ਪਰ ਜੇ ਸਮਝ ਲਓਗੇ ਤਾਂ ਸੌਖਾ। ਅਨੂਪ ਕਹਿੰਦੇ ਨੇ ਅਨ ਊਪ, ਊਪ ਦਾ ਮਤਲਬ ਹੁੰਦਾ ਕਿਸੇ ਚੀਜ਼ ਨਾਲ ਉਪਮਾ ਦੇਣੀ, ਤੁਲਨਾ ਦੇਣੀ, ਤਸ਼ਬੀਹ ਦੇਣੀ। ਜਿਵੇਂ ਕਿਸੇ ਦੇ ਕੱਪੜੇ ਚਿੱਟੇ ਹੁੰਦੇ, ਤੁਸੀਂ ਹਾਂਜੀ ਦੁੱਧ ਵਰਗੇ ਚਿੱਟੇ, ਇਹਨੂੰ ਕਹਿੰਦੇ ਤਸ਼ਬੀਹ ਦੇਣੀ। ਕੋਈ ਚੀਜ਼ ਮਿੱਠੀ ਹੈ, ਤੁਸੀਂ ਸ਼ਹਿਦ ਵਰਗੀ ਮਿੱਠੀ ਹੈ, ਕੌੜੀ ਹੈ ਜ਼ਹਿਰ ਵਰਗੀ ਕੌੜੀ। ਇੱਥੇ ਉਪਮਾ ਵੀ ਨਹੀਂ ਦਿੱਤੀ ਜਾ ਸਕਦੀ, ਤਿੱਥੇ ਘਾੜਤ ਘੜੀ ਹੈ ਅਨੂਪ ਅਨ ਊਪ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਇਹਦਾ ਫਿਰ ਜਿਨ ਹਰ ਪਾਇਓ ਤਿੰਨੇ ਚ। ਇਸੇ ਲਈ ਕਬੀਰ ਜੀ ਨੇ ਕਹਿਤਾ ਵੀ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ। ਇਹ ਤਾਂ ਉਹ ਅਵਸਥਾ ਹੈ, ਪਰ ਉਹ ਘਾੜਤ ਬੜੀ ਕਮਾਲ ਹੈ, ਅਨੂਪ ਹੈ। ਜੇ ਉਹਨੂੰ ਕਹੋ ਵੀ ਤਸ਼ਬੀਹ ਦੇ ਕੇ ਸਮਝਾਓ, ਨਹੀਂ ਸਮਝਾਈ ਜਾ ਸਕਦਾ। ਮਹਾਰਾਜ ਕੁਛ ਤਾਂ ਕਿਰਪਾ ਕਰ, ਮਹਾਰਾਜ ਕਹਿੰਦੇ ਕੀ ਕਰੀਏ, ਤਾਕੀਆਂ ਗੱਲਾਂ ਕਥੀਆਂ ਨਾ ਜਾਣ। ਇਹਨੂੰ ਗਲਾ ਨਹੀਂ ਬਣਨਾ, ਇਹ ਗੱਲਾਂ ਹੈ। ਬਿੰਦਾ ਟੇਪਣ ਦੀ ਗੱਲ ਨਾ ਸਮਝੋ, ਮੈਂ ਬਿੰਦਾ ਟੇਪਣ ਲਈ ਮੇਰੇ ਕੋਲ ਵਾਧੂ ਨਹੀਂ ਹੈਗੇ, ਪਰ ਉਚਾਰਨ ਦੇ ਠੀਕ ਕਰੀਏ। ਆਮ ਤੁਸੀਂ ਕਹਿੰਦੇ ਮੈਂ ਉਹਦੀਆਂ ਗੱਲਾਂ ਕੀ ਦੱਸਾਂ, ਤੁਹਾਨੂੰ ਕਰਦੇ ਹੋ ਰੋਜ਼ ਬੋਲਦੇ ਹੋ, ਤਾਂ ਕੀ ਉਸ ਅਵਸਥਾ ਦੀਆਂ ਗੱਲਾਂ, ਤਾਂ ਕੀਆਂ ਗੱਲਾਂ ਕਥੀਆਂ ਨਾ। ਕਈ ਵਾਰੀ ਸਹਿ ਸਵਾਏ ਬਿੰਦਾ ਲੱਗ ਵੀ ਜਾਂਦਾ, ਕੋਈ ਉਹਦੇ ਅਰਥ ਦਾ ਅਨਰਥ ਨਹੀਂ ਬਣਨਾ ਚਾਹੀਦਾ। ਖਿਮਾ ਕਰ, ਅਰਥ ਦਾ ਅਨਰਥ ਬਣਾਉਣ ਲਈ ਫਿਰ ਸਾਨੂੰ ਫਸਣਾ ਪਏਗਾ, ਫਿਰ ਦੋਸ਼ ਲੱਗੇਗਾ। ਮਤਲਬ ਉਸ ਅਵਸਥਾ ਦੀਆਂ ਗੱਲਾਂ ਕਥੀਆਂ ਨਾ ਜਾਣ। ਕੋਈ ਕਹੇ ਜੀ ਮੈਨੂੰ ਸ਼ਬਦਾਂ ਨਾਲ ਸਮਝਾਓ, ਅੱਖਰਾਂ ਨਾਲ ਸਮਝਾਓ, ਨਹੀਂ। ਜੇ ਕੋ ਕਹੇ ਪਿੱਛੇ ਪਛਤਾਏ, ਇਹ ਬੜੀ ਅਜੀਬ ਬਾਤ ਹੈ। ਮਹਾਰਾਜ ਕਹਿੰਦੇ ਜੇ ਕੋਈ ਕਹਿਣ ਦਾ ਯਤਨ ਕਰੇ, ਕਹੇ ਮੈਂ ਦੱਸਾਂਗਾ, ਉਹ ਪਛਤਾਏ, ਕਿਉਂਕਿ ਪੂਰਨ ਤਰ੍ਹਾਂ ਮੁਕੰਮਲ ਬਿਆਨ ਕਰ ਹੀ ਨਹੀਂ ਸਕਦਾ। ਮੁੱਕਦੀ ਗੱਲ, ਜੇ ਮੈਂ ਕੋਈ ਚੀਜ਼ ਖਾਧੀ ਨਹੀਂ ਤੇ ਮੈਨੂੰ ਉਹਦੇ ਸਵਾਦ ਦਾ ਕੀ ਪਤਾ ਲੱਗੇ। ਜਿਹਨੇ ਖਾਧੀ ਆ ਉਹ ਕੀ ਦੱਸੇਗਾ, ਤੇ ਉਹਦੇ ਦੱਸਣ ਨਾਲ ਮੇਰਾ ਕੀ ਬਣ ਜਾਏਗਾ। ਕਬੀਰ ਜੀ ਨੂੰ ਪੁੱਛੋ, ਕਹਿੰਦੇ ਨੇ ਮੇਰੇ ਕੋਲ ਬੜੇ ਲੋਕ ਆਉਂਦੇ ਨੇ, ਕਬੀਰ ਜੀ ਸਾਨੂੰ ਕੁਝ ਥੋੜ੍ਹਾ ਜਿਹਾ ਸਵਾਦ ਵਿਖਾ ਦਿਓ, ਆਉਂਦੇ ਵੇਖਣਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਮਾਨ। ਆਹੋ ਇੱਧਰ, ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੀਤਾ ਕਟਾਇਆ ਮਿਲ ਜਾਏ। ਅੱਜ ਸਿੱਖਾਂ ਨੂੰ ਇੱਥੇ ਬੜੀ ਘਾਟ ਪੈ ਰਹੀ। ਬਾਬਾ ਜੀ ਤੁਸੀਂ ਹੱਥ ਰੱਖਦੇ ਹੋ ਮੇਰੇ ਤੇ, ਹੱਥ ਰੱਖ, ਉਹ ਹੱਥ ਰਕਾਰ ਖਾ ਕੇ ਅਸੀਂ ਆਪਣਾ ਕੰਮ ਚਲਾਉਣਾ ਚਾਹੁੰਦੇ, ਨਹੀਂ ਆਪ ਕਰਨਾ ਪਵੇ। ਖਿਮਾ ਕਰਨਾ, ਮੈਂ ਕਿਸੇ ਹੱਥ ਰੱਖਣ ਵਾਲੇ ਦੇ ਖਿਲਾਫ ਨਹੀਂ, ਪਰ ਇਹ ਗੱਲ ਬੜੀ ਘਾਟੇ ਵਾਟੇ। ਸਿੱਖੀ ਦਾ ਮਾਰਗ ਤੇ ਕਰਨ ਦਾ ਮਾਰਗ ਹੈ। ਗੁਰੂ ਨੇ ਸੌਖੇ ਜਿਹੇ ਚਾਰ ਕੰਮ ਦੱਸੇ ਨੇ, ਅੰਤਰ ਗੁਰ ਜੇਵਾ ਜਪ ਗੁਰਨਾ, ਨੇਤਨੀ ਸਤਿਗੁਰ ਪੇਖਣਾ ਸ਼੍ਰਵਣੀ ਸੁਣੀ, ਨਾ ਸਮਝ ਆਵੇ ਫਿਰ ਪੁੱਛਣਾ। ਆਖਿਆ ਚਾਰ ਕੰਮ ਹਰ ਸਿੱਖ ਨੂੰ ਕਰਨੇ ਚਾਹੀਦੇ। ਅੰਮ੍ਰਿਤ ਵੇਲੇ ਉੱਠੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਫਿਰ ਇਸ਼ਨਾਨ ਕਰ ਲਿਆ, ਫਿਰ ਚੌਂਕੜਾ ਮਾਰ ਲਓ, ਫਿਰ ਰਸਨਾ ਦੇ ਨਾਲ ਬਾਣੀ ਦਾ ਪਾਠ ਕਰੋ, ਦੋ ਕੰਮ ਘਰ ਕਰਨੇ, ਫਿਰ ਦੋ ਗੁਰਦੁਆਰੇ ਆ ਕੇ ਕਰਨੇ, ਨੇਤਰੀ ਸਤਿਗੁਰ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ, ਤੇ ਸ਼੍ਰਵਣੀ ਸੁਣਨਾ ਗੁਰ, ਕੰਨਾਂ ਨਾਲ ਬਹਿ ਕੇ ਕੀਰਤਨ ਕਥਾ ਪਾਠ ਸੁਣ। ਸਤਿਗੁਰ ਸੇਤੀ ਰਤਿਆਂ, ਦੱਸੋ ਹੈ ਕੋਈ ਔਖੀ ਗੱਲ? ਅਸੀਂ ਸੌਂਦੇ ਹੀ ਰਾਤੀ 12 ਵਜੇ, ਉੱਠਦੇ ਹੀ ਨਹੀਂ ਸਵੇਰੇ, ਇਹਦਾ ਕੀ ਇਲਾਜ? ਕਈ ਆਖਣਗੇ ਜੀ ਅਸੀਂ ਨਿਤਨ ਤਾਂ ਕਰਦੇ ਹਾਂ, ਨੀਂਦਰ ਬੜੀ ਆਉਂਦੀ। ਭਾਈ ਨੀਂਦਰ ਜੇ ਪੂਰੀ ਨਹੀਂ ਮਿਲੀ ਸਰੀਰ ਨੂੰ ਤਾਂ ਨੀਂਦਰ ਤੇ ਆਵੇਗੀ, ਟਾਈਮ ਸਿਰ ਸਮੋ। ਪੁੱਛੋ ਭਾਈ ਗੁਰਦਾਸ ਜੀ ਨੇ ਬੜੀ, ਮੇਰੇ ਕੋਲ ਟਾਈਮ ਨਹੀਂ ਹੈਗਾ, ਖਿਮਾ ਕਰਨਾ, ਗੁਰੂ ਦੀ ਦਿੱਤੀ ਮੱਤ ਤੇ ਬਹੁਤ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਬਣਨ ਵਾਸਤੇ ਕੁਝ ਕਮਾਈ ਕਰਨੀ ਪੈ ਗਈ। ਉਹ ਕਮਾਈ ਕੀ ਹੈ? ਹਾਂ, ਤਿਸ ਕੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਹੁਣ ਅਸੀਂ ਗਰੀਬੀ ਸਮਝਦੇ ਵੀ ਪੱਲੇ ਪੈਸੇ ਨਾ ਹੋ, ਨਹੀਂ ਨਹੀਂ, ਹਿਰਦੈ ਗਰੀਬੀ ਆਵੇ। ਸਾਡੇ 'ਚ ਗਰੀਬੀ ਤਾਂ ਰਹੀ ਨਹੀਂ, ਅਸੀਂ ਤਾਂ ਇੱਕ ਦੂਜੇ ਨਾਲ ਲੜ ਲੜ ਕੇ ਮਰਨ ਲਈ ਤਿਆਰ। ਖਿਮਾ ਕਰਨਾ, ਇੱਕੋ ਗੁਰੂ ਦੇ ਸਿੱਖ ਇੰਨੇ ਜਥੇ, ਇੰਨੀਆਂ ਜਥੇਬੰਦੀਆਂ ਇੱਕ ਦੂਜੇ ਨੂੰ ਠਿੱਬੀ ਲਾਉਣ 'ਤੇ ਲੱਗੇ ਹੋਏ ਨੇ। ਮੈਂ ਤਾਂ ਕਈ ਵਾਰੀ ਦੁਖੀ ਹੋ ਕਹਿੰਦਾ ਵੀ ਪਤਾ ਨਹੀਂ ਲੱਗਦਾ ਭਾਈ ਗੁਰੂ ਦਾ ਵਫ਼ਾਦਾਰ ਕਿਹੜਾ ਅਤੇ ਗੁਰੂ ਦਾ ਗਦਾਰ ਕਿਹੜਾ, ਕੀ ਹੈ ਸਮਝ ਹੀ ਨਹੀਂ ਆ ਰਹੀ। ਸਿੱਖੀ ਸਰੂਪ ਵਿੱਚ ਹੀ ਬੇੜਾ ਗਰਕ ਕਰੀ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਸ਼ਰਤ ਹੈ, ਹਾਂ ਤਿਸ ਕੋਲ ਕਮਾਇਆ ਗੁਰਮਤ ਹਿਰਦੇ ਨਿਮਰਤਾ, ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾ। ਪਤਾ ਹੁੰਦਾ ਇਹ ਚੀਜ਼ ਮੇਰੀ ਨਹੀਂ, ਪਰ ਹੁਣ ਕੀ ਹੋ ਰਿਹਾ? ਜੇ ਵਿਚਾਰਾ ਕੋਈ ਵਿਦੇਸ਼ ਚਲਾ ਗਿਆ ਪੈਸੇ ਕਮਾਉਣ ਲਈ, ਇੱਥੇ ਰਹਿਣ ਵਾਲੇ ਦੀ ਜ਼ਮੀਨ ਹੀ ਦੱਬ ਲੈਂਦਾ, ਜੇ ਆ ਜਾਏ ਤਾਂ ਉਹਦਾ ਗਲ ਘੁੱਟ ਕੇ ਮਾਰ ਦਿੰਦੇ ਨੇ ਵੀ ਕਿਤੇ ਕਿਆ ਹੋ ਰਿਹਾ। ਅਗਲਾ ਤਾਂ ਆਉਂਦਾ ਵੀ ਮੈਂ ਚਲੋ ਰਿਸ਼ਤੇਦਾਰਾਂ ਨੂੰ ਮਿਲਿਆ ਵਾਂ, ਅਤੇ ਉਹ ਉਹਦਾ ਭੋਗ ਵੀ ਪਾਓ, ਵੀ ਜ਼ਮੀਨ ਮੰਗੇ ਹੀ ਨਾ ਸਾਡੇ, ਕਿਆ ਹੋ ਰਿਹਾ? ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾ, ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਹੀਂ। ਕਰੈਕਟਰ ਵੱਲੋਂ ਵੀ ਸਿੱਖ ਸਿੱਖਣੀ ਇੰਨੀ ਉੱਚੀ ਹੋਣੀ ਚਾਹੀਦੀ, ਐਵੇਂ ਨਹੀਂ ਸਹਿਜ ਸੁੱਖ ਹੁੰਦਾ, ਐਵੇਂ ਨਹੀਂ ਮਨ ਦਾ ਟਿਕਾਊ ਬਣਦਾ। ਤੋ ਖੈਰ ਮੈਂ ਪ੍ਰਕਰਨ ਤੋਂ ਸੱਜੇ ਖੱਬੇ ਨਾ ਚਲਾ ਜਾਵਾਂ, ਇਹਦੇ ਵਿੱਚ ਹੀ ਭਾਈ ਸਾਹਿਬ ਕਹਿੰਦੇ ਹਾਂ ਤਿਸ ਕੋਲ ਕਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਅਤੇ ਨਿਰਾ ਪਾਠ ਕਰ ਕਰਕੇ ਨਾ ਛੱਡੀ ਜਾਏ, ਹੁਣ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ, ਫਿਰ ਕੀ ਹੋਵੇਗਾ? ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਉਹ ਸਹਿਜ ਅਵਸਥਾ ਵਿੱਚ, ਅਡੋਲਤਾ ਵਿੱਚ ਆ ਜਾਏ। ਚਲੋ ਫਿਰ ਅੱਗੇ ਚੱਲੀਏ। ਮਹਾਰਾਜ ਫਿਰ ਕੁਛ ਤਾਂ ਸਾਨੂੰ ਦੱਸੋ ਵੀ ਉੱਥੇ ਕੀ ਹੋ ਜਾਂਦਾ। ਮਹਾਰਾਜ ਕਹਿੰਦੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਬੁੱਧ
ਮੈਂ ਇਹਨੂੰ ਸੌਖਾ ਜਿਹਾ ਕਰਦਾ ਵੀ ਜੇ ਆਪਾਂ ਨੇ ਨਵੇਂ ਕੱਪੜੇ ਪਾਉਣੇ ਤੇ ਪੁਰਾਣੇ ਲਾਉਣੇ ਪੈਣਗੇ। ਜੇ ਅਸੀਂ ਆਖੀਏ ਵੀ ਸਾਡੀਆਂ ਆਦਤਾਂ ਤੇ ਉਹੀ ਰਹਿਣ ਉਹ ਨਹੀਂ ਅਸੀਂ ਅੱਡੀਏ ਤੇ ਫਿਰ ਤਬਦੀਲੀ ਕਿਵੇਂ ਆਵੇ? ਆਦਤਾਂ ਤੇ ਛੱਡੀਆਂ ਪੈਣੀਆਂ। ਆ ਬੀਬੀਆਂ ਭੈਣ ਨੂੰ ਪੁੱਛੋ ਜਦੋਂ ਇਹਨਾਂ ਨੇ ਕੋਈ ਪੁਰਾਣੇ ਡਿਜ਼ਾਇਨ ਦੇ ਗਹਿਣੇ ਬਦਲਣੇ ਹੋਣ, ਨਵੇਂ ਬਣਾਉਣੇ, ਫਿਰ ਕੀ ਕਰਨਾ ਪੈਣਾ? ਫਿਰ ਸੁਨਿਆਰੇ ਨੂੰ ਕਹੀਦਾ ਵੀ ਇਹਨੂੰ ਖਤਮ ਕਰ, ਹੁਣ ਨਵੇਂ ਬਣਾ। ਇੰਨੀ ਗੱਲ ਨਹੀਂ। ਮਹਾਰਾਜ ਕਹਿੰਦੇ ਤਿੱਥੇ ਘੜੀ ਹੈ ਸੁਰਤ ਮਤ ਮਨ, ਇਹ ਸਾਰੇ ਨਵੇਂ ਸਿਰੇ ਘੜੇ ਘੜੇ, ਪੁਰਾਣੀਆਂ ਆਦਤਾਂ ਖਤਮ ਹੋ ਜਾਂਦੀਆਂ। ਤੇ ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ, ਫਿਰ ਦੇਵਤਿਆਂ ਵਾਲੀਆਂ ਵਾਲੀ ਸੁੱਧ ਸੋਝੀ ਆ। ਫਿਰ ਉਹਦਾ ਨਾਂ ਮੈਂ ਨਹੀਂ ਕਿਸੇ ਦਾ ਹੱਕ ਮਾਰ, ਮੈਂ ਨਹੀਂ ਕਿਸੇ ਦਾ ਹੱਕ ਮਾਰ, ਮੈਂ ਨਹੀਂ ਕਿਸੇ ਨਾਲ ਧੱਕਾ ਕਰ, ਇਹੋ ਜਿਹੀ ਸੋਚ ਆ ਜਾਂਦੀ। ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ ਨੇ ਮੈਨੂੰ ਤਾਂ ਸਭ ਕੁਝ ਇਹ ਔਖਾ ਕਰੇਗਾ ਭਾਈ ਸਾਹਿਬ। ਹੁਣ ਦੇਖੋ ਮੇਰੀ ਲੜੀ ਟੁੱਟ ਗਈ, ਇਹ ਸਭ ਲੜੀ ਵਿੱਚੋਂ ਪੈਦਾ ਹੁੰਦੇ ਨੇ ਚੀਜ਼ਾਂ। ਮੈਂ ਕੋਈ ਤਿਆਰੀ ਕਰਕੇ ਨਹੀਂ ਆਇਆ, ਤਾਂ ਫਿਰ ਆਪੇ ਹੀ ਆਈ ਜਾਂਦੇ। ਹੁਣ ਉਹ ਲੜੀ ਟੁੱਟ ਗਈ, ਟੁੱਟ ਗਈ, ਹੁਣ ਮੈਂ ਲੱਭਣ ਵੀ ਜਾਵਾਂ ਫਿਰ ਉਹ ਨਹੀਂ ਲੱਭਦੀ। ਤਾਂ ਗੱਲ ਕੀ ਉਸ ਅਵਸਥਾ ਵਿੱਚ ਪਾਤਸ਼ਾਹ ਨੇ ਤਿੱਥੇ ਘੜੀ ਹੈ ਸੁਰਤ ਸੁਰਤ ਵੀ ਤੁਸੀਂ ਜਾਣਦੇ ਵੀ ਇਹ ਬੰਦੇ ਦੀ ਸੁਰਤੀ ਠੀਕ ਨਹੀਂ ਹੈਗੀ, ਇਹਦੀ ਸੁਰਤੀ ਠੀਕ ਹੈ। ਮਤ ਮਨ ਬੁੱਧ ਇਹ ਸਾਰੇ ਤੁਸੀਂ ਜਾਣਦੇ ਹੋ, ਪਰ ਇਹਨੂੰ ਬਦਲਣ ਵਾਸਤੇ ਪਹਿਲੀਆਂ ਆਦਤਾਂ ਛੱਡਣੀਆਂ ਪੈਂਦੀਆਂ। ਹਾਂ, ਜੇ ਪੂਰੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਪਾਓ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਛੁੱਟੋ, ਆਪਣੇ ਆਪ ਹੀ ਤਬਦੀਲੀ ਹੋ ਜਾਂਦੀ। ਤਾਂ ਗੱਲ ਕੀ ਮਹਾਰਾਜ ਕਹਿੰਦੇ ਭਾਈ ਤਿੱਥੇ ਘੜੀ ਹੈ ਸੁਰਤ ਮਤ ਮਨ, ਇਹ ਘੜੇ ਜਾਂਦੇ, ਘੜੇ ਜਾਂਦਾ ਮਤਲਬ ਸਵਾਰੇ ਜਾਂਦੇ। ਪਹਿਲਾਂ ਜੋ ਕੁਝ ਆਦਤਾਂ ਹੁੰਦੀਆਂ ਉਹ ਛੁੱਟ ਜਾਂਦੀਆਂ, ਕਿਉਂਕਿ ਹੁਣ ਮਿਹਨਤ ਕੀਤੀ ਹੈ ਅਤੇ ਮਿਹਨਤ ਕਰਨ ਦਾ ਫਲ ਤਾਂ ਮਿਲੇਗਾ। ਪਰਮਾਤਮਾ ਇੱਕ ਤਿਲ ਨਹੀਂ ਭੰਨੇ ਕਾਲੇ, ਕਿਸੇ ਦੀ ਕਾਲੀ ਹੋਈ ਕਾਲ ਨੂੰ ਤਿਲ ਜਿੰਨਾ ਵੀ ਨਹੀਂ ਗਵਾਉਂਦਾ, ਉਹ ਕਾਲੇ ਸੀ। ਅਸੀਂ ਹੁਜਤਾਂ ਕਰਨ ਲੱਗ ਪੈਣ, ਉਹ ਜੀ ਅੰਮ੍ਰਿਤ ਛਕਣ ਦਾ ਕੀ ਹੋ ਜਾਏਗਾ? ਮੇਰੇ ਨਾਲ ਘਟਨਾ ਵਾਪਰੀ, ਤੁਹਾਨੂੰ ਸੁਣਾ ਦਿਆਂ। ਮੈਂ ਕਸੌਲੀ ਜਾਇਆ ਕਰਦਾ ਸੀ, ਇੱਕ ਮੇਰੇ ਮਿੱਤਰ ਲਾਲਾ ਜੀ ਨਾਲ ਜਾਂਦੇ ਸੀ, ਉਹ ਬੜੇ ਅਮੀਰ ਆਦਮੀ ਸਨ। ਮੈਂ ਤਾਂ ਸ਼ੁਰੂ ਤੋਂ ਮਲੰਗ ਜਿਹਾ ਹੀ, ਉਹ ਖਰਚਾ ਉਹ ਕਰਦੇ ਹੀ, ਮੈਂ ਸੈਰ ਸੂਰ ਕਰਕੇ ਆ ਜਾਂਦਾ। ਅਤੇ ਅਸੀਂ ਇੱਕ ਮਾਲ ਰੋਡ 'ਤੇ ਤੁਰੇ ਜਾਈਏ ਅਤੇ ਇੱਕ ਨੌਜਵਾਨ ਉਹ ਰੋਜ਼ ਨਾ ਪਿੱਛੇ 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 ਪਿੱਛੇ, ਮੈਨੂੰ ਇਹੋ ਲੱਗਿਆ ਵੀ ਜਿਵੇਂ ਕੋਈ CID ਸਾਡੇ ਪਿੱਛੇ ਲੱਗੀ ਲੱਗੀ। ਮੈਂ ਉਹਨੂੰ ਪੁੱਛ ਲਿਆ, ਮੈਂ ਕਾਕਾ ਕੀ ਗੱਲ ਹੈ ਤੂੰ ਸਾਡੇ ਪਿੱਛੇ ਹੀ ਕਰ? ਹਾਂਜੀ, ਮੈਂ ਕੋਈ ਗੱਲ ਪੁੱਛਣੀ ਹੈ। ਅਤੇ ਮੈਂ ਕਿਹਾ ਪੁੱਛ ਫਿਰ। ਮੈਂ ਉੱਥੇ ਬੈਂਚ 'ਤੇ ਬਹਿ ਗਿਆ, ਮੈਂ ਪੁੱਛ ਪੁੱਛ। ਕਹਿੰਦਾ ਮੈਨੂੰ ਇਹ ਦੱਸੋ ਵੀ ਅੰਮ੍ਰਿਤ ਛੱਕ ਕੇ ਕਿਹੜਾ ਸਵਿੱਚ ਆਨ ਹੋ ਜਾਂਦਾ? ਗੁਰੂ ਦਾ ਅੰਮ੍ਰਿਤ ਛੱਕ ਕੇ ਕਿਹੜਾ ਸਵਿੱਚ ਆਨ ਹੋ ਜਾਂਦਾ ਮੈਨੂੰ ਦੱਸੋ। ਮੈਂ ਉਹਨੂੰ ਸਮਝਾਇਆ ਵੀ ਅੰਮ੍ਰਿਤ ਛੱਕਣ ਨਾਲ ਬੰਦਾ ਡਿਸਿਪਲਿਨ ਵਿੱਚ ਆ ਜਾਂਦਾ, ਮਰਿਆਦਾ ਵਿੱਚ ਆ ਜਾਂਦਾ, ਉਹਨੂੰ ਮਾੜੀਆਂ ਗੱਲਾਂ ਛੱਡੀਆਂ ਜੇ ਵੋ। ਮੈਂ ਬੜਾ ਮਗ ਉਹ ਫਿਰ ਕਹਿ ਦੇਵੇ ਉਹ ਜੀ, ਨਹੀਂ ਮੈਨੂੰ ਦੱਸੋ ਸਵਿੱਚ ਕਿਹੜਾ ਆਨ ਹੋ ਜਾਂਦਾ? ਮੈਂ ਕਿਹਾ ਕਾਕਾ ਮੈਂ ਥੋੜ੍ਹਾ ਜਿਹਾ ਖਿੱਚ ਗਿਆ,
ਹੁਣ ਮੈਨੂੰ ਖਿੱਝ ਘੱਟ ਆਉਂਦੀ ਹੈ, ਉਦੋਂ ਆ ਜਾਂਦੀ ਸੀ। ਮੈਂ ਕਿਹਾ ਯਾਰ ਤੇਰੀ ਤਾਂ ਉਹ ਹਾਲਤ ਹੈ ਵੀ ਜਿਵੇਂ ਕੋਈ ਮੁੰਡਾ ਕੁੜੀ ਪੁੱਛੇ ਵੀ ਵਿਆਹ ਤੋਂ ਪਿੱਛੋਂ ਕੀ ਹੋ ਜਾਂਦਾ, ਤੇਰੀ ਤਾਂ ਉਹ ਹਾਲਤ। ਮੈਂ ਤਾਂ ਕਹਿ ਦਿੱਤਾ ਉਹਦੇ ਵੱਜ ਗਿਆ, ਕਹਿੰਦਾ ਅੱਛਾ ਗੁਰੂ ਨਾਲ ਵਿਆਹ ਕਰਾਉਣਾ ਹੀ ਪੈ ਗਿਆ। ਮੈਂ ਕਿਹਾ ਫਿਰ ਉਹ ਸਵਿੱਚ ਤਾਂ ਆਉਣ ਤਾਂ ਹੀ ਸਤਸੰਗਤ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਉਹ ਬੰਦੇ 'ਤੇ ਅਸਰ ਹੋ ਗਿਆ। ਸਵੇਰੇ ਹੀ ਵਾਲੀ ਆਉਂਦਾ, ਬਾਬਾ ਜੀ ਮੈਂ ਚੱਲਿਆ ਜੇ ਗੁਰੂ ਕੋਲ ਗੁਰੂ ਨਾਲ ਵਿਆਹ ਕਰਾਉਣ। ਉਹ ਕੇਸਗੜ੍ਹ ਸਾਹਿਬ ਚਲਾ ਗਿਆ, ਅੰਮ੍ਰਿਤ ਛੱਕ ਕੇ ਸ਼ਾਮ ਨੂੰ ਫਿਰ ਆਇਆ, ਆਉਂਦਾ ਜੀ ਮੈਂ ਹੁਣ ਅੰਮ੍ਰਿਤ ਛੱਕਿਆ। ਮੈਂ ਕਿਹਾ ਤੈਨੂੰ ਵਧਾਈ ਹੋ, ਹੁਣ ਤੂੰ ਕਮਾਈ ਕਰ। ਸਤਸੰਗ ਜੀ ਮੈਨੂੰ ਉਹ ਬੰਦਾ 35 ਸਾਲ ਬਾਅਦ ਮਿਲਿਆ, 35 ਸਾਲ ਕਿਸੇ ਬਰਾਤ 'ਚ ਆਇਆ। ਸਾਡੇ ਨੇੜੇ ਇੱਕ ਪਿੰਡ ਹੈ ਪਿਪਲੀ ਅਤੇ ਸ਼ਾਹਬਾਦ ਦੇ ਵਿਚਕਾਰ ਮਸਾਣਾ, ਜਥੇਦਾਰ ਅਨੋਖ ਸਿੰਘ ਦੀ ਪੋਤੀ ਦਾ ਵਿਆਹ ਸੀ, ਉੱਥੇ ਉਹ ਆਇਆ ਅਤੇ ਉਹ ਪੁੱਛਦਾ ਫਿਰ ਰਿਹਾ ਵੀ ਇੱਥੇ ਗਿਆਨੀ ਸਾਹਿਬ ਸੁਣਾ ਨੇ ਆਉਣਾ ਹੈ, ਆਉਣਾ ਮੈਂ ਸੀ। ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਵੀ ਉਹਨਾਂ ਨੇ ਆਉਣਾ, ਉਹ ਦਿੱਲੀਓਂ ਆਉਣਗੇ ਸਿੱਧੇ ਇੱਥੇ ਆਉਣਗੇ। ਮੈਂ ਆ ਗਿਆ, ਉਹ ਘਰ ਵਾਲੇ ਕਹਿੰਦੇ ਇੱਕ ਬੰਦਾ ਬਰਾਤ 'ਚ ਆਇਆ, ਉਹ ਤੁਹਾਨੂੰ ਪੁੱਛਦਾ। ਮੈਂ ਕਿਹਾ ਚਲੋ ਮਿਲ ਲੈਂਦੇ। ਉਹ ਸਾਹਮਣੇ ਆਇਆ, ਉਹਦਾ ਦਾੜਾ, ਉਹਦੇ ਚਿਹਰੇ ਦਾ ਨੂਰ ਪ੍ਰਕਾਸ਼ ਮੈਂ ਨਹੀਂ ਪਛਾਣ ਸਕਿਆ। ਉਹ ਆਉਂਦਾ ਜੀ ਮੈਨੂੰ ਪਛਾਣੋ। ਮੈਂ ਕਿਹਾ ਬਈ ਬਹੁਤ ਮੇਰੀ ਯਾਦਾਸ਼ਤ ਘੱਟ ਹੋ, ਮੈਂ ਨਹੀਂ ਪਛਾਣ ਸਕਿਆ, ਦੱਸ ਦੇ। ਆਉਂਦਾ ਮੈਂ ਉਹ ਅੰਜ ਦਾ ਵਿਆਹ ਗੁਰੂ ਨਾਲ ਕਰਾਇਆ ਸੀ। ਉਹ ਇੰਨੀ ਗੱਲ ਸੁਣ ਕੇ ਨਾ ਮੈਨੂੰ ਸਾਰੀ ਘਟਨਾ ਯਾਦ ਆ ਗਈ। ਗੱਲ ਵੱਖਰੀ ਚੱਲ ਰਹੀ, ਉਹਦਾ ਸਿਮਰਨ ਚੱਲ ਰਿਹਾ ਸੀ, ਮੇਰਾ ਨਹੀਂ ਸੀ ਚੱਲ ਰਿਹਾ, ਉਹਦਾ ਚੱਲ ਰਿਹਾ ਸੀ। ਜਦੋਂ ਉਹਦੇ ਨਾਲ ਅਟੈਚਮੈਂਟ ਹੋਈ ਮੇਰਾ ਵੀ ਚੱਲ ਗਿਆ। ਇਹ ਮੈਂ ਹੱਡ ਬੀਤੀ ਸੁਣਾ ਰਿਹਾ, ਕੋਈ ਐਵੇਂ ਮਨੋ ਕਰਤਕ ਦੇ ਕਿਤਾਬ 'ਚ ਨਹੀਂ ਪੜ੍ਹੀ ਮੈਂ ਹੱਡ ਬੀਤੀ। ਘੰਟਾ ਡੇਢ ਅਸੀਂ ਖੜ੍ਹੇ, ਲੋਕ ਜਲੇਬੀਆਂ ਮਠਿਆਈਆਂ ਖਾ ਰਹੇ ਨੇ, ਲੋਕ ਵੇਖੀ ਜਾ ਮੈਨੂੰ ਕੀ ਹੋ ਗਿਆ, ਕਿਵੇਂ ਪਤਾ ਲੱਗੇ ਕਿਸੇ ਨੂੰ। ਡੇਢ ਘੰਟੇ ਬਾਅਦ ਫਿਰ ਅਸੀਂ ਇੱਕ ਦੂਜੇ ਤੋਂ ਵਿਛੜੇ। ਤੂੰ ਗੱਲ ਇਹ ਹੈ ਗੁਰੂ ਨਾਲ ਜੁੜੀਏ ਤੇ ਸਹੀ, ਇਹ ਗੱਲਾਂ ਦਾ ਵਿਸ਼ਾ ਹੈ ਹੀ ਨਹੀਂ, ਗੁਰੂ ਜੀ ਕਹਿ ਰਹੇ ਹਨ ਤਾਂ ਕਿ ਗੱਲਾਂ ਜੇ ਕੋ ਕਹਿ ਤਿੱਥੇ ਘੜੀਏ, ਤਿੱਥੇ ਘੜੀਏ। ਜਿਹੜਾ ਹੁਣ 3 ਕਲਾਸਾਂ ਪਾਸ ਕਰ ਲਵੇ, ਪਹਿਲੀ ਧਰਮ ਖੰਡ, ਦੂਜਾ ਗਿਆਨ ਖੰਡ ਅਤੇ ਤੀਜਾ ਸ਼ਰਮ ਖੰਡ, ਫਿਰ ਉਹ 'ਤੇ ਬਖਸ਼ਿਸ਼ ਹੋਵੇ ਲਾਜ਼ਮੀ ਤੌਰ 'ਤੇ ਹੋਵੇ। ਇਹ ਹੋ ਨਹੀਂ ਸਕਦਾ, ਤੁਹਾਡਾ ਪੁੱਤਰ ਧੀ ਤੁਹਾਡੇ ਕਹਿਣ ਵਿੱਚ ਚੱਲੇ, ਤੁਸੀਂ ਜੋ ਕਿਹਾ ਕਰੇ, ਤੁਸੀਂ ਉਹਨੂੰ ਫਿਰ ਕੀ ਦਿਓਗੇ। ਸ਼ਾਬਾਸ਼, ਆ ਗੱਲ ਫਿੱਟੇ ਮੂੰਹ ਤਾਂ ਨਹੀਂ ਕਹੋਗੇ, ਸ਼ਾਬਾਸ਼। ਲਓ ਹੁਣ ਮਹਾਰਾਜ ਕਹਿੰਦੇ ਨੇ ਜਿਹੜਾ ਇਸ ਰਸਤੇ ਚੱਲੇਗਾ ਫਿਰ ਉਹ 'ਤੇ ਬਖਸ਼ਿਸ਼ ਹੋ ਜਾਏ। ਅਤੇ ਕਰਮ ਖੰਡ ਕੀ ਬਾਣੀ ਜ਼ੋਰ, ਜਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਤ ਮਹਾਂਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ,
ਤਾਕੇ ਰੂਪ ਨ ਕਥਨੇ ਜਾਏ, ਨਾ ਉਹ ਮਰੇ ਨ ਠਾਗੇ ਜਾਏ। ਦੇਖੋ ਤੁਸੀਂ ਮਰੇ ਬੋਲਦੇ ਹੋ, ਮੈਂ ਮਰੇ ਬੋਲਦਾ, ਇਹ ਬਹੁਤਿਆਂ ਦੀ ਗੱਲ ਹੈ, ਖਿਮਾ ਕਰ। ਨਾ ਉਹ ਮਰੇ ਨ ਠਾਗੇ ਜਾਏ, ਜਿਨ ਕੇ ਰਾਮ ਵਸੈ ਮਨ ਮਾਈ, ਤਿੱਥੇ ਭਗਤ ਵਸੈ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਹੁਣ ਅਸੀਂ ਕਰਮ ਖੰਡ ਵਿੱਚ, ਇਹਨੂੰ ਕਹਿੰਦੇ ਨੇ ਬਖਸ਼ਿਸ਼ ਦਾ ਖੰਡ। ਜਿਹੜਾ ਕਮਾਈ ਕਰੇਗਾ ਬਖਸ਼ਿਸ਼ ਦਾ, ਉਹ ਕਦੇ ਬੇਇਨਸਾਫੀ ਨਾ ਕਰਦਾ। ਵਾਹਿਗੁਰੂ ਬੜਾ ਦਿਆਲੂ, ਉਹਦੇ ਘਰ ਵਿੱਚ ਬੜਾ ਇਨਸਾਫ, ਕੋਈ ਕਰੇ ਸਹੀ ਕਮਾਈ, ਆਖਿਆ ਫਿਰ ਉਹਦੇ ਬਖਸ਼ਿਸ਼ ਹੋ। ਅਤੇ ਬਖਸ਼ਿਸ਼ ਦਾ ਪਤਾ ਕਿਵੇਂ ਲੱਗਦਾ? ਉਹਦੀ ਜਿਹੜੀ ਅਵਸਥਾ ਹੈ, ਬਾਣੀ ਹੈ, ਉਹਦੇ 'ਚ ਜ਼ੋਰ ਆ ਜਾਓ, ਬਲ ਆ ਜਾ, ਆਤਮਿਕ ਬਲ, ਉਹਦੇ ਮੂੰਹੋਂ ਜੋ ਸਹਿਜ ਸਵਾਇ ਵੀ ਨਿਕਲ ਜਾਏ, ਪੱਥਰ ਤੇ ਲੀਕ 16 ਕਰਮਖੰਡ ਕੀ ਬਾਣੀ। ਪਰ ਤੁਸੀਂ ਆਖੋ ਸਾਨੂੰ ਕਿਵੇਂ ਪਤਾ ਲੱਗਦਾ? ਮਹਾਰਾਜ ਕਹਿੰਦੇ ਤਿੱਥੇ ਹੋਰ ਨਾ ਕੋਈ, ਉੱਥੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਚਰਚਾ ਨਹੀਂ, ਜ਼ਿਕਰ ਨਹੀਂ, ਖਿਆਲ ਨਹੀਂ। ਬਸ ਸੋਚੇ ਤਾਂ ਫਿਰ ਤੂੰ 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 ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖਾਂ ਤਤ ਫਿਰ ਵਿਤਕਰੇ ਸਾਰੇ ਖਤਮ। ਜਿੱਥੇ ਹੋਰ ਨਾ ਕੋਈ, ਜਾਂ ਜਾਂ ਪੇਖੋਂ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਬਤ, ਈਤ ਊਟ ਨਹੀਂ ਬੀ ਛੁੜੈ, ਸੋ ਸੰਗੀ ਘਨੀ ਹੈ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸਬਤ, ਪ੍ਰਤਪਾਲੈ ਅਪਿਆਓ ਦੇਹ ਕਛ ਊਨਾ ਹੋਈ, ਸਾ ਸਾ ਸੰਭਾਲਤਾ ਮੇਰਾ ਪ੍ਰਭ। ਫਿਰ ਉੱਥੇ ਇੱਕ ਤੋਂ ਬਿਨਾਂ ਹੋਰ ਦੂਜੇ ਦੀ ਗੱਲ ਨਹੀਂ ਕਰਦੀ, ਤਿੱਥੇ ਹੋਰ ਨਾ ਕੋਈ। ਪਰ ਇਹ ਅਵਸਥਾ ਮਾੜੇ ਮੋਟੇ ਬੰਦੇ ਕੋਲ ਜਰੀ ਨਹੀਂ ਜਾਂਦੀ। ਮੈਂ ਤਾਂ ਤੁਹਾਨੂੰ ਦੱਸਿਆ, ਕਈਆਂ ਦੇ ਫੋਨ ਆਉਂਦੇ ਨੇ, ਗਿਆਨੀ ਜੀ ਪਹਿਲਾਂ ਤਾਂ ਬੜਾ ਆਨੰਦ ਆਉਂਦਾ ਸੀ, ਹੁਣ ਪਤਾ ਨਹੀਂ ਕਿੱਥੇ ਗਿਆ। ਮੈਂ ਕਿਹਾ ਤੂੰ ਦੱਸਿਆ ਹੋਣਾ ਲੋਕਾਂ ਨੂੰ? ਆਂਦਾ ਹਾਂਜੀ, ਇਹ ਤਾਂ ਗਲਤੀ ਕੀਤੀ ਹੈ। ਮੈਂ ਕਿਹਾ ਫਿਰ ਫਿਰ ਚੱਲ ਉੱਥੇ, ਫਿਰ ਚੱਲ ਉੱਥੇ। ਇਹ ਬਰਦਾਸ਼ਤ ਨਹੀਂ ਹੁੰਦਾ, ਇਹਨੂੰ ਸਿਆਣਿਆਂ ਨੇ ਸ਼ੇਰਨੀ ਦਾ ਦੁੱਧ ਖਿਆ,
ਭਾਂਡਾ ਹੀ ਪਾਟ ਜਾਂਦਾ, ਬਰਦਾਸ਼ਤ ਨਹੀਂ ਹੁੰਦਾ। ਜਦ ਤੱਕ ਦਸ ਬੰਦਿਆਂ ਨੂੰ ਦਸ ਨਾਲ ਉਹ ਚੈਨ ਹੀ ਨਹੀਂ ਆਉਂਦੀ, ਪਰ ਉਹ ਵਿਰਲੇ ਨੇ ਜਿਹੜੇ ਬਰਦਾਸ਼ਤ ਕਰ ਕਈ ਵਾਰੀ ਜਿਹੜੇ ਤਿੱਥੇ ਜੋਧ ਮਹਾਂਬਲ ਜੋਧੇ ਮਹਾਂਬਲੀ ਸੂਰਮੇ ਜਿਹੜੇ ਇਹਨੂੰ ਸਹਿਣ ਕਰ ਪਰ ਬਾਣੀ ਤਾਂ ਤੁਸੀਂ ਸਭ ਪੜ੍ਹਦੇ ਹੋ ਮੈਨੂੰ ਪਤਾ ਹੈ। ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਰ ਨਾਹੀ, ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਪ੍ਰਭ ਕਿਰਪਾ ਤੇ। ਬਸ ਉਹ ਇੱਥੇ ਟਿਕ ਜਾਂਦੇ ਨੇ, ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖ, ਇਹ ਆਨੰਦ ਜਿਹੜਾ ਬਖਸ਼ਿਆ ਬਣਿਆ ਰਹੇ। ਤਿੱਥੇ ਜੋਧ ਮਹਾਂਬਲ ਤਿੰਨ ਮੈਂ ਰਾਮ ਰਿਹਾ ਭਰਪੂਰ, ਭਰਪੂਰ ਦਾ ਮਤਲਬ ਨੱਕੋ ਨੱਕ ਭਰਿਆ ਜਾਵੇ, ਉਹਨਾਂ ਦੀ ਹਰ ਗੱਲ ਵਿੱਚ, ਹਰ ਬੋਲ ਵਿੱਚ, ਹਰ ਕੰਮ ਵਿੱਚ ਉਹਨਾਂ ਨੂੰ ਪਰਮੇਸ਼ਵਰ ਨਜ਼ਰ ਆਉਂਦਾ। ਉਹ ਫਿਰ ਕਿਸੇ ਨਾਲ ਠੱਗੀ ਠੋਰੀ ਹੇਰਾ ਫੇਰੀ ਨਹੀਂ ਕਰਨੀ ਨਾ, ਰੱਬ ਸਾਰਿਆਂ ਵਿੱਚ। ਅਸੀਂ ਬਾਣੀ ਪੜ੍ਹ ਰਹੇ ਹਾਂ, ਪਾਤਸ਼ਾਹ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਏਕ ਨੂਰ ਤੇ ਕੌਣ ਭਲੇ ਲੁਗਾ ਪਰਮ ਨ ਭੁੱਲੋ ਪਾਏ, ਖਾਲਕ ਖਲਕ ਪੂਰ ਰਹੋ ਮੈਂ ਫਰਕ ਇਹਨਾਂ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ। ਤੋ ਗੱਲ ਕੀ ਮਹਾਰਾਜ ਕਹਿੰਦੇ ਉਸ ਅਵਸਥਾ ਵਿੱਚ ਜੋਧੇ ਮਹਾਂਬਲੀ ਸੂਰਮੇ ਟਿਕਦੇ ਹਨ, ਕਮਜ਼ੋਰ ਬੰਦੇ ਕੋਲ ਸੰਭਾਲਿਆ ਹੀ ਨਹੀਂ ਜਾਂਦਾ, ਉਹਦੇ ਚੇਲੇ ਚੇਲੀਆਂ ਦੇ ਚੱਕਰ 'ਚ ਫਿਰ ਪੈ ਜਾਂਦਾ। ਤਿੱਥੇ ਰਾਮ ਰਿਹਾ ਭਰਪੂਰ, ਫਿਰ ਉਹਦੀ ਅਵਸਥਾ ਐਸੀ ਬਣ ਜਾਂਦੀ। ਤਿੱਥੇ ਸੀਤੋ ਸੀਤਾ, ਅਸੀਂ ਛੋਟੇ ਹੁੰਦਿਆਂ ਬਹੁਤ ਕੁਛ ਸੁਣਦੇ ਸੀ, ਇੱਕ ਸੀਤੋ ਸੀ, ਇੱਕ ਸੀਤਾ ਸੀ, ਇੱਕ ਭੈਣ ਸੀ, ਇੱਕ ਭਰਾ ਸੀ, ਕਹਾਣੀ ਨਹੀਂ। ਹੁਣ ਸਮਝ ਆਈ, ਇਹ ਸਾਡਾ ਤਰੀਕਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਸਟ੍ਰੈਸ ਦੇ ਕੇ ਕਹਿੰਦੇ ਨਾ, ਸਟ੍ਰੈਸ ਤੈਨੂੰ ਕਹਿ ਦਿੱਤਾ ਕਹਿ ਦਿੱਤਾ ਕਰ ਦਿੱਤਾ ਕਰ ਦਿੱਤਾ, ਇਹ ਸਾਡਾ ਤਰੀਕਾ। ਸੀਤੋ ਸੀਤਾ ਮਤਲਬ ਚੰਗੀ ਤਰ੍ਹਾਂ ਸੀਤਾ ਹੋ ਜਾਂਦਾ, ਉਹਨਾਂ ਦਾ ਮਨ ਫਿਰ ਚੰਗੀ ਤਰ੍ਹਾਂ ਪਰਮਾਤਮਾ ਦੀ ਮਹਿਮਾ ਵਿੱਚ ਸੀਤਾ ਜਾਂਦਾ, ਜੁੜ ਜਾਂਦਾ, ਉਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ। ਤਿੱਥੇ ਸੀਤੋ ਸੀਤਾ, ਉਹਦਾ ਫਿਰ ਹਰ ਘੜੀ ਵਾਹਿਗੁਰੂ ਤੇਰਾ ਸ਼ੁਕਰ, ਵਾਹਿਗੁਰੂ ਤੇਰਾ ਸ਼ੁਕਰ, ਉਹਦੀ ਮਹਿਮਾ ਵਿੱਚ ਹੀ ਜੁੜ ਜਾਂਦਾ। ਫਿਰ ਪਾਤਸ਼ਾਹ ਨੇ ਤਾਂ ਕਿ ਰੂਪ ਨਾ, ਉਹਨਾਂ ਦੇ ਰੂਪ ਬਿਆਨ ਨਹੀਂ ਕੀਤੇ, ਜੋ ਉਹਨਾਂ ਦੀ ਚਿਹਰੇ ਦਾ ਜਲਾਲ ਨੂਰ ਵਗੈਰਾ ਉਹਨੂੰ ਸ਼ਬਦਾਂ ਨਾਲ ਨਹੀਂ ਦੱਸਿਆ ਜਾ ਸਕਦਾ। ਹਾਂ, ਉਹਨਾਂ ਦੀ ਪਛਾਣ ਹੈ, ਨਾ ਉਹ ਮਰੇ ਨਾ ਠੱਗੇ, ਉਹ ਕਦੇ ਆਤਮਕ ਮੌਤੇ ਮਰਦੇ ਨਹੀਂ। ਅਸੀਂ ਤਾਂ ਕਦਮ ਕਦਮ 'ਤੇ ਸੌਂ ਗੁਰੂ ਦੀ ਸੌਂ ਵਾਹਿਗੁਰੂ ਦੀ ਚੁੱਕ ਕੇ ਅਤੇ ਹੇਰਾ ਫੇਰੀ ਮਾਰੀ ਜਾਂਦੀ, ਉਹ ਨਹੀਂ ਹਜ਼ਰ, ਨਾ ਉਹ ਮਰੇ ਨਾ ਠੱਗੇ। ਜਿਨ ਕਹਿ ਰਾਮ ਵਸੈ, ਫਿਰ ਪਾਤਸ਼ਾਹ ਨੇ ਤਿੱਥੇ ਉਸ ਅਵਸਥਾ ਵਿੱਚ ਭਗਤ ਵਸੈ ਕੇ ਲੋ, ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਇਹ ਪਲੂਰਲ ਹੈ, ਬਹੁ ਵਚਨ ਹੈ।
ਕਈ ਲੋਕਾਂ ਦੇ ਭਗਤ ਉੱਥੇ ਵਸਦੇ ਨੇ, ਇਹ ਨਹੀਂ ਵੀ ਕੋਈ ਸਿਰਫ ਇੰਡੀਆ ਦੇ ਹੀ ਭਗਤ ਨੇ, ਨਹੀਂ ਕਈ ਲੋਕ ਸਾਰੀ ਦੁਨੀਆ ਵਿੱਚ ਭਗਤ ਬਾਕੀ ਤੁੱਠੇ ਭਗਤ ਵਸੈ ਕੇ ਕਰੇ ਆਨੰਦ ਆਨੰਦ ਮਾਣਦੇ, ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਹੈ, ਮਨ ਦੇ ਨੰਨੇ ਨੂੰ ਸਿਆਰੀ ਹੈ, ਸੱਚਾ ਮਨ ਸੋਏ ਬਸ ਹੁਣ ਉਹ ਕਿੱਥੇ ਪਹੁੰਚ ਗਏ, ਸੱਚ ਖੰਡ ਖੰਡ ਦੇ ਡੱਡੇ ਨੂੰ ਸਿਆਰੀ ਹੈ, ਸੱਚ ਖੰਡ ਵਿੱਚ ਤਾਂ ਫਿਰ ਨਿਰੰਕਾਰ ਹੀ ਵਸਦਾ, ਉੱਥੇ ਹੋਰ ਗੱਲਾਂ ਨਹੀਂ। ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ, ਉਹਨਾਂ ਨੂੰ ਸਮਝ ਆ ਜਾਂਦਾ ਕਿ ਵਾਹਿਗੁਰੂ ਆਪ ਹੀ ਕਰ ਕਰਕੇ ਵੇਖ ਰਿਹਾ ਅਤੇ ਆਪਣੀ ਨਜ਼ਰ ਦੁਆਰਾ ਨਿਹਾਲ ਕਰ ਰਿਹਾ। ਤਿੱਥੇ ਖੰਡ ਮੰਡਲ ਵਰਪੰਡ, ਉੱਥੇ ਫਿਰ ਕਈ ਖੰਡ ਕਈ ਮੰਡਲ ਕਈ ਵਰਪੰਡ ਨਜ਼ਰੀ ਆਉਂਦੇ। ਦੇਖੋ ਗੁਰੂ ਨਾਨਕ ਸਾਹਿਬ ਜੀ 'ਤੇ ਬੜੀ ਕਿਰਪਾ ਸੀ, ਜੇ ਬਗਦਾਦ ਵਿੱਚ ਉਹਨਾਂ ਨੇ ਕਿਹਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹਨਾਂ ਕਿਹਾ ਕੁਫਰ ਤੋਰ, ਪਰ ਮਹਾਰਾਜ ਨੇ ਫਿਰ ਉਸ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਲੱਖਾਂ ਪਾਤਾਲ ਲੱਖਾਂ ਆਗਾਸ, ਉਹਨੇ ਕਿਹਾ ਬਸ ਮਹਾਰਾਜ ਮੈਂ ਰੱਜ ਗਿਆ, ਕੋਈ ਅੰਤ ਹੀ ਨਹੀਂ। ਤੋ ਮਹਾਰਾਜ ਨੇ ਇਸ ਅਵਸਥਾ ਵਿੱਚ ਤਿੱਥੇ ਖੰਡ ਮੰਡਲ ਜੇ ਕੋ ਕਥੈ, ਕੋਈ ਉਹਦਾ ਐਂਡ ਨਹੀਂ ਕਰ ਸਕਦਾ। ਤਿੱਥੇ ਲੋ ਲੋ ਕਈ ਲੋਕ ਕਈ ਆਕਾਰ ਕਈ ਰਚਨਾਵਾਂ ਨਜ਼ਰੀ ਆਉਂਦੀਆਂ ਨੇ, ਔਰ ਜਿਵ ਜਿਵ ਹੁਕਮ ਫਿਰ ਉਹਨੂੰ ਸਮਝ ਆ, ਜਿਵੇਂ ਜਿਵੇਂ ਉਸ ਮਾਲਕ ਦਾ ਹੁਕਮ ਹੋ ਰਿਹਾ ਉਵੇਂ ਉਵੇਂ ਕਾਰ ਚੱਲ ਰਹੀ, ਔਰ ਉਹ ਆਪ ਹੀ ਵੇਖੈ ਵਿਗਸੈ ਕਰ ਨੀਚਾ, ਵੇਖਦਾ ਵੀ ਹੈ ਖੁਸ਼ ਵੀ ਹੁੰਦਾ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਬਾਗ ਹੈ ਉਹਦੇ 'ਚ ਕਿੰਨੇ ਬੂਟੇ ਕਿੰਨੇ ਫੁੱਲ ਕਿੰਨੇ, ਪਰ ਮਾਲੀ ਜਿਹੜਾ ਉਹ ਇੱਕੋ ਹੀ ਸਾਰਿਆਂ ਨੂੰ ਧਿਆਨ ਦਿੰਦਾ ਵੀ ਕਿਹਨੂੰ ਪਾਣੀ ਦੇਣਾ, ਕਿਹਨੂੰ ਕਟਾਈ ਕਰਨੀ, ਕਿਹਨੂੰ ਗੁਡਾਈ ਕਰਨੀ, ਸਭ ਇਹ ਸਭ ਨੂੰ ਵੇਖਿਆ ਵਿਗਸੈ। ਪਰ ਪਾਤਸ਼ਾਹ ਫਿਰ ਕਹਿੰਦੇ ਨਾਨਕ ਕਥਨਾ ਕਰੜਾ, ਇਹਦਾ ਕਥਨ ਕਰਨਾ ਜਿਹੜਾ ਇਹ ਇੰਨਾ ਹੀ ਮੁਸ਼ਕਲ ਹੈ ਜਿਤਨਾ ਸਾਰ। ਸਾਰ ਸ਼ਬਦ ਜਿਹੜਾ ਮੈਂ ਇਹਦੇ ਬਾਰੇ ਦੱਸਿਆ ਸੀ ਵੀ ਗੁਰਬਾਣੀ 'ਚ ਬਹੁਤ ਅਰਥਾਂ ਵਿੱਚ ਆਉਂਦਾ। ਸਾਰ ਦਾ ਮਤਲਬ ਸ੍ਰੇਸ਼ਟ ਵੀ ਹੈ, ਸਾਰ ਦਾ ਮਤਲਬ ਨਿਚੋੜ ਵੀ ਹੈ, ਸਾਰ ਦਾ ਮਤਲਬ ਕਿਸੇ ਦੀ ਖਬਰ ਸਾਰ ਲੈਣੀ ਵੀ ਹੈ, ਸਾਰ ਦਾ ਮਤਲਬ ਫੌਲਾਦ ਵੀ ਹੈ। ਕਹਿੰਦੇ ਉਸਦਾ ਵਰਣਨ ਕਰਨਾ ਇੰਨਾ ਹੀ ਮੁਸ਼ਕਲ ਹੈ ਜਿਤਨਾ ਫੌਲਾਦ ਨੂੰ ਚਬਾਉਣਾ ਮੁਸ਼ਕਲ। ਨਾਨਕ ਕਥਨਾ ਕਰੜਾ, ਹੁਣ ਤੁਸੀਂ ਆਖੋਗੇ ਵੀ ਬੜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਬੜੀਆਂ ਡੂੰਘੀਆਂ ਗੱਲਾਂ ਸੁਣਨ ਲਈ ਆਈਆਂ ਨੇ, ਅਤੇ ਜੇ ਅਸੀਂ ਵੀ ਇੱਥੇ ਪਹੁੰਚਣਾ ਹੋਵੇ ਫਿਰ। ਕਹਿੰਦੇ ਆਓ ਮੈਂ ਤੁਹਾਨੂੰ ਤਰੀਕਾ ਦੱਸ, ਜਤ ਪਹਾਰਾ। ਹੁਣ ਤੁਸੀਂ ਆਨੰਦ 'ਚ ਉਲਝ ਗਏ, ਆਪਣੀ ਵਾਰੀ ਨਹੀਂ ਚੇਤੇ ਰਹੀ। ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਉ ਖਲਾ
ਅਗਨ ਤਪਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਪਾਤਸ਼ਾਹ ਕਹਿੰਦੇ ਜੇ ਤੁਸੀਂ ਵੀ ਚਾਹੋ ਤਾਂ ਤਰੀਕਾ ਤੁਹਾਨੂੰ ਦੱਸ ਦੇਣਾ। ਮੈਂ ਛੋਟੇ ਹੁੰਦਿਆਂ ਸਾਡੇ ਮਹਾਤਮਾ ਸਨ ਨਿਰਮਲੇ ਸਾਹਿਬ, ਕਈਆਂ ਨੇ ਤੁਹਾਡੇ ਤੋਂ ਸੁਣਿਆ ਹੋਵੇਗਾ ਨਾਮ, ਉਹਨਾਂ ਸੰਤ ਦਲੇਰ ਸੀ। ਤੋ ਦਾਸ ਨੂੰ ਬਚਪਨ 'ਚ ਉਹਨਾਂ ਦੀ ਬੜੀ ਸੰਗਤ ਮਿਲੀ। ਤੋ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਬਾਬਾ ਜੀ ਕੋਈ ਕਿਰਪਾ ਕਰੋ, ਮਨ ਟਿਕ ਜਾਏ। ਕਹਿੰਦੇ ਜ਼ਰੂਰ ਟਿਕਾਉਣਾ। ਮੈਂ ਕਿਹਾ ਜੀ ਟਿਕ ਜਾਏ ਤਾਂ ਕੰਮ ਬਣ ਜਾਏਗਾ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਮੈਂ ਕਿਹਾ ਜੀ ਵਾਹਿਗੁਰੂ ਕਰਦਿਆਂ ਵੀ ਨਹੀਂ ਟਿਕਦਾ। ਕਹਿੰਦੇ ਜ਼ਰੂਰ ਟਿਕਾਉਣਾ। ਮੈਂ ਕਿਹਾ ਜੀ ਦੱਸ ਦਿਓ ਕਿਰਪਾ ਕਰ। ਕਹਿੰਦੇ ਫਿਰ ਆਪਣਾ ਕਰਮ ਕਾਂਡ ਸ਼ੁੱਧ ਕਰੋ। ਮੈਂ ਕਿਹਾ ਜੀ ਉਹ ਕੀ ਹੁੰਦਾ? ਕਹਿੰਦੇ ਪਰਮਾਤਮਾ ਨੇ ਸਾਨੂੰ ਪੰਜ ਕਰਮ ਇੰਦਰੇ ਦਿੱਤੇ ਨੇ ਅਤੇ ਪੰਜ ਗਿਆਨ ਇੰਦਰੇ ਦਿੱਤੇ, ਇਹਨਾਂ ਨੂੰ ਸ਼ੁੱਧ ਕਰੋ। ਕਰਮ ਕਾਂਡ ਕਰਮ ਇੰਦਰੇ ਕਿਹੜੇ? ਦੋ ਹੱਥ, ਦੋ ਪੈਰ ਅਤੇ ਸਰੀਰ, ਇਹ ਹਨ ਕਰਮ। ਗਿਆਨ ਇੰਦਰੇ ਕਿਹੜੇ? ਕਈਆਂ ਨੂੰ ਪਤਾ ਹੋਣਾ ਤੁਹਾਡੇ ਚੋਂ, ਕਈ ਨਹੀਂ ਬੋਲਦੇ। ਸ਼ਬਦ ਬੋਲੋ, ਸਪਰਸ਼, ਰੂਪ, ਰਸ, ਗੰਧ। ਹੁਣ ਮੈਂ ਕੀ ਕਰਕੇ ਪੁੱਛਾਂ, ਸ਼ਬਦ ਕੌਣ ਸੁਣਦਾ? ਕੰਨ ਸੁਣਦੇ। ਸਪਰਸ਼ ਕੌਣ ਕਰਦਾ? ਚਮੜੀ, ਹੱਥ ਨਹੀਂ ਚਮੜੀ, ਸਕਿਨ, ਤੁਚਾ। ਇਹਦੇ 'ਚ ਬੜਾ ਗਿਆਨ ਹੈ। ਇਹਨੂੰ ਤੱਤੀ ਚੀਜ਼ ਲੱਗ ਜਾਏ, ਠੰਡੀ ਲੱਗ ਜਾਏ, ਇਹਨੂੰ ਆਪਣਾ ਮਿੱਤਰ ਪਿਆਰਾ ਪੁੱਤਰ ਦੀ ਹੱਥ ਲਾਵੇ ਜਾਂ ਇਹਨੂੰ ਕੋਈ ਬਗਾਨਾ ਲਾਵੇ, ਕੋਈ ਚੰਗੀ ਭਾਵਨਾ ਵਾਲਾ ਲਾਵੇ, ਕੋਈ ਮਾੜੀ ਭਾਵਨਾ ਵਾਲਾ ਲਾਵੇ, ਇਹਨੂੰ ਫਟ ਗਿਆ, ਫਟ ਗਿਆ, ਇੰਨਾ ਗਿਆਨ ਹੈ ਇਹਦੇ। ਰੂਪ ਕੌਣ ਦੇਖਦਾ? ਅੱਖਾਂ। ਰਸ ਕੌਣ ਚੱਖਦਾ? ਜੀਭਾਂ। ਅਤੇ ਖੁਸ਼ਬੂ ਬਦਬੂ ਦਾ ਕਿਹਨੂੰ ਪਤਾ ਲੱਗਦਾ? ਇਹ ਪੰਜ ਗਿਆਨ ਹੈ। ਕਹਿੰਦੇ ਇਹਨੂੰ ਸ਼ੁੱਧ ਕਰੋ। ਮੈਂ ਕਿਹਾ ਜੀ ਕਿਵੇਂ ਹੋਣਗੇ? ਕਹਿੰਦੇ ਆਨੰਦ ਸਾਹਿਬ ਪੜ੍ਹੋ, ਇਹ ਸ਼ਰਵਣੋ ਸੱਚ ਹੈ। ਸਮਝਾ ਗਈ? ਇਹ ਨੇਤਰੋ ਮੇਰਿਓ, ਇਹ ਰਸਨਾ। ਜਿਸ ਦਿਨ ਤੁਸੀਂ ਆਪਣਾ ਕਰਮ ਕਾਂਡ ਸ਼ੁੱਧ ਕਰ ਲਓਗੇ, ਉਸੇ ਦਿਨ ਹੀ ਅਗਲਾ ਪੜਾਅ ਸ਼ੁਰੂ ਹੋ ਜਾਏਗਾ। ਪਰ ਅਸੀਂ ਪੜ੍ਹੀ ਜਾ ਰਹੇ ਹਾਂ, ਪੜ੍ਹੀ ਜਾ ਰਹੀ ਹਾਂ, ਨਤੀਜੇ ਵਜੋਂ ਉੱਥੇ ਖੜ੍ਹੇ ਹਾਂ। ਸ਼ਿਕਾਇਤ ਕਰੀ ਜਾਂਦੇ ਜੀ ਇੰਨੀ ਦੇਰ ਹੋ ਗਈ ਬਾਣੀ ਪੜ੍ਹ ਗਿਆ, ਇੰਨੀ ਦੇਰ ਹੋ ਗਈ। ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੌਖਾ ਕਰ। ਤੁਹਾਨੂੰ ਆਪਣੇ ਅੰਦਰ ਹੀ ਇੱਕ ਸੁਨਿਆਰੇ ਦੀ ਦੁਕਾਨ ਬਣਾਉਣੀ ਪਵੇਗੀ। ਉਹਦਾ ਨਾਮ ਹੈ ਪਹਾਰਾ। ਪਹਾਰਾ ਕਹਿੰਦੇ ਨੇ ਸੁਨਿਆਰੇ ਦੀ ਦੁਕਾਨ। ਹੁਣ ਸਿਸਟਮ ਕਿਉਂਕਿ ਬਦਲ ਗਿਆ, ਇਸ ਲਈ ਸਮਝਾਉਣਾ ਬੜਾ ਔਖਾ ਹੋ ਗਿਆ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਸੁਨਿਆਰੇ ਦੀ ਦੁਕਾਨ ਕਿਵੇਂ ਹੁੰਦੀ ਸੀ। ਉਹਦੀ ਦੁਕਾਨ ਦੇ ਸੈਂਟਰ ਵਿੱਚ ਇੱਕ ਪੱਠੀ ਹੁੰਦੀ ਸੀ, ਪੱਠੀ ਜਿਹਦੇ 'ਚੋਂ ਅੱਗ ਬਾਲਦਾ ਸੀ। ਉਸ ਪੱਠੀ ਦੇ ਕੋਲ ਹੀ ਇੱਕ
ਐਰਨ ਰੱਖੀ ਹੁੰਦੀ ਸੀ, ਉਸ ਭੱਠੀ 'ਚ ਅੱਗ ਬਾਲਣੀ, ਉਸਨੇ ਇੱਕ ਧੌਂਕਣੀ ਜਾਂ ਫੂਕਣੀ ਰੱਖੀ ਹੁੰਦੀ ਸੀ, ਇੱਕ ਨਕਸ਼ਾ ਬਣ ਗਿਆ। ਮਹਾਰਾਜ ਕਹਿੰਦੇ ਜਤ ਪਹਾੜਾਂ ਆਪਣੀਆਂ ਇੰਦਰੀਆਂ ਨੀਆਂ ਭੈੜੇ ਪਾਸੇ ਜਾਣ ਤੋਂ ਰੋਕਣਾ ਜਤ ਹੈ। ਇੰਦਰੀਆਂ ਵੀ ਸਾਡੀਆਂ ਨੇ ਅਤੇ ਰੋਕਣਾ ਵੀ ਅਸੀਂ ਆ, ਅਸੀਂ ਨੂੰ ਕੋਈ ਰੋਕ ਜਾ, ਕੋਈ ਕਿਵੇਂ ਰੋਕ ਜਾ। ਨੈਨੀ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਮਣ ਸੋਏ ਸੁਣ ਲਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾ। ਫਿਰ ਪਾਤਸ਼ਾਹ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਸਾਬਤ ਵਸਤ ਉਹ ਆਪਣੀ ਲੈ, ਸਾਬਤ ਵਸਤ ਉਹ ਆਪਣੀ ਲੈ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਹੈ ਜੀ ਨਾਰਾਜ ਨੇ ਕੋਈ ਪ੍ਰਧਾਨ ਜੀ ਮੇਰਾ ਪੱਖਾ ਹੀ ਬੰਦ ਕਰਤਾ, ਮੇਰੇ ਪਸੀਨੇ ਛੁੱਟ ਰਹੇ, ਪਤਾ ਨਹੀਂ ਕਿਉਂ ਐਸੀ ਸਜ਼ਾ ਵੀ ਅੱਜ ਅਖੀਰਲਾ ਦਿਨ ਹੈ। ਫਿਰ ਕਰੋ ਰਸਨਾ ਪਵਿੱਤਰ ਗੱਜ ਕੇ ਵੱਲੋਂ ਸਤਨਾ, ਇਹਨੂੰ ਮਨੋਰੰਜਨ ਹੀ ਸਮਝੋ, ਗੁੱਸਾ ਨਾ ਕਰਿਓ, ਮੈਂ ਕੋਈ ਟਾਟਾ ਕਰ, ਪਰ ਮੈਨੂੰ ਗਰਮੀ ਬਹੁਤ ਲੱਗ ਰਹੀ। ਤੋ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ, ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚ ਲੱਭਿਆ ਮੈਨੂੰ, ਮੈਂ ਹੋਰ ਕੋਈ ਕਿਤਾਬ ਨਹੀਂ ਪੜ੍ਹਦਾ ਇੱਥੋਂ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਤੋ ਜਾਗਣ ਦਾ ਤਰੀਕਾ ਦੱਸਿਆ ਮਹਾਰਾਜ ਨੇ ਵੀ ਆਪਣੀਆਂ ਇੰਦਰੀਆਂ ਨੂੰ ਕਾਬੂ ਕਰੋ, ਇਹਨੂੰ ਬਣਾਓ ਸੁਨਿਆਰੇ ਦੀ ਦੁਕਾਨ। ਫਿਰ ਅੱਗੇ ਆਖਿਆ ਧੀਰਜ ਸੁਨਿਆਰ, ਸੁਨਿਆਰ ਕਿਹਨੂੰ ਕਹਿੰਦੇ ਨੇ, ਜਿਹੜਾ ਸੋਨੇ ਦੀ ਘਾੜਤ ਕਰੇ। ਇਹ ਸੋਨੇ ਦੀ ਘਾੜਤ ਹੈ ਆਪਣੇ ਆਪ ਨੂੰ ਸਵਾਰਨਾ। ਫਰੀਦ ਜੀ ਵਰਗਿਆਂ ਨੇ ਕਹਿ ਦਿੱਤਾ ਵੀ ਜਿੰਨਾ ਜ਼ੋਰ ਅਸੀਂ ਲੋਕਾਂ ਨੂੰ ਸਵਾਰਨ 'ਤੇ ਲਾਉਂਦੇ ਹਾਂ, ਉਹਨਾਂ ਸਵਾਰ ਯਤਨ ਆਪਣੇ 'ਤੇ ਲਾਓ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਅਸੀਂ ਇਸ ਪਾਸੇ ਤੁਰਦੇ ਹੀ ਅਸੀਂ ਤੈਨੂੰ ਫਲਾਣਾ ਇਹ ਗੱਲ ਕਰ ਰਿਹਾ, ਫਲਾਣਾ ਇਹ ਕਰ ਰਿਹਾ, ਅਤੇ ਜੇ ਪੁੱਛੋ ਤੂੰ ਕੀ ਕਰ ਰਹੇ, ਫਿਰ ਚੁੱਪ ਚੁੱਪ ਆਪਣੇ ਆਪ ਨੂੰ ਦੇਖੇ। ਤੋ ਮਹਾਰਾਜ ਕਹਿੰਦੇ ਜਤ ਪਹਾਰਾ ਧੀਰਜ, ਇਹ ਕੰਮ ਬੜੇ ਧੀਰਜ ਦਾ ਹੈ। ਕਈ ਤਾਂ ਗੁੱਸੇ ਹੋ ਜਾਂਦੇ ਵਿਗਿਆਨੀ ਜੀ ਇਹੋ ਜਿਹੀਆਂ ਖਰੀਆਂ ਗੱਲਾਂ ਕਿਉਂ ਕਰਦੇ, ਉੱਥੇ ਲੈ ਦੱਸੋ ਮੇਰੇ ਬਾਬੇ ਨੇ ਕੀਤੀਆਂ ਮੈਂ ਹੁਣ ਕੀ ਕਰਾਂ। ਇਹ ਕੰਮ ਬੜੇ ਧੀਰਜ ਦਾ ਹੈ, ਮਿਹਨਤ ਕਰਨੀ ਪਵੇਗੀ, ਆਪਣਾ ਸੁਭਾਅ ਬਦਲਣਾ ਪਵੇਗਾ, ਆਪਣੀਆਂ ਆਦਤਾਂ ਛੱਡਣੀਆਂ ਪੈਣਗੀਆਂ। ਜਤ ਪਹਾਰਾ ਧੀਰਜ ਐਰਨ ਮਤ ਨਹੀਂ, ਐਰਨ ਮਤ ਮਤ ਜਿਹੜੀ ਹੈ ਸਾਡੀ ਬੁੱਧੀ ਅਕਲ, ਇਹਨੂੰ ਐਰਨ ਬਣਾਓ। ਐਰਨ ਕੀ ਹੁੰਦੀ ਹੈ? ਲੋਹੇ ਦਾ ਠੋਸ ਟੁਕੜਾ ਹੁੰਦਾ, ਲੋਹਾਰ ਕੋਲ ਥੋੜ੍ਹਾ ਜਿਹਾ ਵੱਡਾ ਹੁੰਦਾ ਅਤੇ ਸੁਨਿਆਰ ਕੋਲ ਥੋੜ੍ਹਾ ਛੋਟਾ ਹੁੰਦਾ, ਪਰ ਕੰਮ ਉਹਦਾ ਇੱਕੋ ਹੀ ਹੈ। ਉਹਦੇ ਉੱਤੇ ਰੱਖ ਕੇ ਉਹ ਲੋਹੇ ਨੂੰ ਘੜਦਾ, ਉਹ ਸੋਨੇ ਨੂੰ ਘੜਦਾ।
ਇਹ ਜਿਹੜੀ ਆਪਣੀ ਮੱਤ ਹੈ ਇਹਨੂੰ ਐਰਨ ਬਣਾ। ਆਪਾਂ ਗੁਰੂ ਕੋਲ ਆਏ ਹਾਂ ਕਾਹਦੇ ਲਈ ਆਏ? ਕੱਲ੍ਹ ਬਾਬਾ ਪਾਲ ਸਿੰਘ ਨੇ ਕਿਹਾ ਸੀ ਅਸੀਂ ਤਾਂ ਸੋਝੀ ਲੈਣ ਆਏ ਹਾਂ, ਗੁਰੂ ਦੁਆਰੇ ਹੋਏ ਸੋਝੀ ਪਾਈ, ਐਰਨ ਮੱਤ ਮੱਤ ਆਪਣੀ ਮੱਤ ਨੂੰ ਐਰਨ ਬਣਾਓ ਬਣਾਓ। ਔਰ ਵੇਦ ਹਥਿਆਰ, ਇੱਥੇ ਵੇਦ ਦੇ ਦਿਨ ਔਂਕੜ ਹੈ, ਇਹ ਵੇਦਾਂ ਦੀ ਗੱਲ ਨਹੀਂ ਹੈ। ਵੇਦ ਦਾ ਮਤਲਬ ਹੈ ਜਾਣਨਾ ਸਮਝਣਾ, ਇਹ ਹਥਿਆਰ ਬਣਾਓ। ਹਥਿਆਰ ਦਾ ਮਤਲਬ ਹਥੌੜਾ, ਹਥੌੜੇ ਤੋਂ ਬਿਨਾਂ ਘੜਿਆ ਨਹੀਂ ਜਾਂਦਾ। ਇਹ ਜਿਹੜਾ ਗੁਰੂ ਦੀ ਗੱਲ ਨੂੰ ਸੁਣਨਾ ਫਿਰ ਚੋਟ ਮਾਰਨੀ, ਇਹ ਹਥੌੜਾ। ਫਿਰ ਚੰਗੀ ਤਰ੍ਹਾਂ ਸਮਝਣਾ, ਜੱਤ ਬੋਲੋ ਜੱਤ ਪਹਾਰਾ ਧੀਰਜ ਸੁਨਿਹਾਰ ਐਰਨ ਮੱਤ ਵੇਦ ਹਥਿਆਰ। ਹੁਣ ਅਸੀਂ ਗੁਰਦੁਆਰੇ 'ਤੇ ਜੋਸ਼ ਵਿੱਚ ਬਣਾ ਲੈਂਦੇ, ਇੱਕ ਇੱਕ ਮਹੱਲੇ 'ਚ ਦੋ ਦੋ ਚਾਰ ਚਾਰ ਬਣਦੇ, ਸੰਗਤ ਉੱਥੇ ਜੁੜਦੀ ਨਹੀਂ। ਇੱਕ ਸੂਰ ਕਿਹਦਾ? ਇਸੇ ਲਈ ਉਰਦੂ ਦੇ ਵਿਦਵਾਨ ਨੇ ਬੜੀ ਚੋਟ ਮਾਰੀ, ਉਹ ਕਹਿੰਦਾ ਮਸਜਿਦ ਤੋਂ ਬਣਾ ਲਈ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇ। ਸ਼ਬ ਕਹਿੰਦੇ ਰਾਤ ਨੂੰ, ਰਾਤੋ ਰਾਤੀ ਬਣਾ ਦਿੱਤਾ ਗੁਰਦੁਆਰਾ, ਰਾਤੋ ਰਾਤੀ ਮਸਜਿਦ ਬਣਾ ਦਿੱਤੀ। ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇ, ਇਮਾਂ ਕੀ ਹਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਥਾ, ਬਰਸੋਂ ਮੇ ਨਮਾਜ਼ੀ ਬਣ ਨਾ ਸਕਾ। ਆਦਤਾਂ ਉਹੋ ਜਿਹੀਆਂ ਹੋਈ, ਉਹਨਾਂ 'ਚ ਕੋਈ ਫਰਕ ਹੀ ਨਹੀਂ ਪਿਆ। ਤੋ ਮਹਾਰਾਜ ਕਹਿੰਦੇ ਨੇ ਇਹ ਕਾਰਜ ਆਪਣੇ ਅੰਦਰ ਹੀ ਕਰਨਾ। ਜੱਤ ਪਹਾਰਾ ਧੀਰਜ ਸੁਨਿਆਰ ਐਰਨ ਮੱਤ, ਇਹ ਜਿਹੜਾ ਗੁਰੂ ਦੀ ਗੱਲ ਸੁਣ ਕੇ ਸਮਝਣੀ, ਇਹ ਹਥੌੜਾ ਹੈ ਅਤੇ ਇਹਦੀ ਚੋਟ ਮੱਤ ਉੱਤੇ ਮਾਰਨੀ। ਫਿਰ ਪਹੋ ਖਲਾ, ਖਲਾ ਵੀ ਜਾਣਦੇ ਹਾਂ, ਉਹ ਜਿਹਦੇ ਨਾਲ ਉਹ ਧੌਂਕਣੀ ਕਹਿੰਦੇ ਨੇ ਉਹਨੂੰ, ਅੱਗ ਨੂੰ ਮਚਾਇਆ ਜਾਇਆ। ਆ ਕਈ ਵਾਰੀ ਕੜੀ ਕਰਨ ਵਾਲੇ ਆਉਂਦੇ ਹਨ, ਹੁਣ ਤਾਂ ਭਾਂਡੇ ਹੀ ਮੁੱਕ ਗਏ ਨੇ, ਹੁਣ ਤਾਂ ਸਟੀਲ ਆ ਗਈ ਜਾਂ ਕੱਚ ਆ ਗਈ। ਹੈ ਉਹ ਭਾਂਡੇ, ਮੈਨੂੰ ਇੱਕ ਤਜਰਬਾ ਹੋਇਆ, ਸਾਡੇ ਮੁਸਲਮਾਨ ਸਹਾਰਨਪੁਰ ਤੋਂ ਆਉਂਦਾ ਹੀ, ਗੁਰਦੁਆਰੇ ਦੇਗਾਂ ਹੁਣ ਵੱਡੀਆਂ ਵੱਡੀਆਂ, ਉਹਨੂੰ ਆਮ ਬੰਦਾ ਕਰ ਨਹੀਂ ਸੀ ਸਕਦਾ, ਉਹ ਕਰ ਦਿੰਦਾ ਸੀ। ਅਤੇ ਉਹਨੇ ਗੁਰਦੁਆਰੇ ਭੱਠੀ ਲਾ ਲੈਣੀ ਅਤੇ ਉਹ ਕਰ ਦੇਣੇ, ਅਤੇ ਲੋਕਾਂ ਨੇ ਵੀ ਆਪਣੇ ਭਾਂਡੇ ਉੱਥੇ ਦੇ ਜਾਣੇ ਵੀ ਗੁਰਦੁਆਰੇ ਬੈਠਾ। ਅਸੀਂ ਵੀ ਕਹਿਣਾ ਚੱਲ ਠੀਕ ਹੈ, ਗਰੀਬ ਆਦਮੀ ਦਾ ਕੰਮ ਕਰਾਂ। ਉਹਦੇ ਉਹ ਮਰ ਗਿਆ ਤਾਂ ਉਹਦੇ ਮੁੰਡੇ ਨੇ ਕੀ ਕੀਤਾ? ਉਹਦਾ ਵਿਸ਼ਵਾਸ ਬਣਿਆ ਹੋਇਆ ਸੀ, ਉਹ ਸਾਰੇ ਲੋਕਾਂ ਦੇ ਭਾਂਡੇ ਇਕੱਠੇ ਕਰਦਾ ਰਿਹਾ, ਇੱਕ ਕੋਠਾ ਭਰ ਲਿਆ ਉਹਨੇ, ਟਰੱਕ ਭਰ ਕੇ ਲੈ ਗਿਆ। ਆਹਦਾ ਨਾ ਭਾਂਡੇ ਰਹਿਣ ਅਤੇ ਨਾ ਤੁਹਾਨੂੰ ਕਲੀ ਕਰਾਉਣੀ, ਭੋਗ ਹੀ ਭਾਰਤਾ। ਮਤਲਬ ਉਹ ਕਲੀ ਕਰਨ ਵਾਲੇ ਆਉਂਦੇ ਸੀ ਨਾ, ਤਾਂ ਕਲੀ ਕਰਾ ਲਓ, ਭਾਂਡੇ ਕਲੀ ਕਰਾ ਲਓ, ਉਹਨਾਂ ਦੇ ਕੋਲ ਹੁੰਦੇ ਸੀ ਉਹ ਧੌਂਕਣੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਪਰਮੇਸ਼ੁਰ ਦਾ ਡਰ ਹੈ ਨਾ, ਡਰ ਇਹ ਖਲਾ ਬਣਾ। ਅੱਜ ਡਰ ਨਹੀਂ ਆ ਰਿਹਾ, ਤੜਾ ਤੜ ਅੰਮ੍ਰਿਤ ਪ੍ਰਚਾਰ ਵੀ ਹੋ ਰਿਹਾ, ਚੁਕਾਇਆ ਵੀ ਹੈ, ਮੁੜ ਕੇ ਕੋਈ ਪੁੱਛਦਾ ਨਹੀਂ ਉਹਨਾਂ ਨੂੰ। ਚੌਥੇ ਦਿਨ ਕਿਰਪਾਨ ਕਿੱਲੀ ਦੇ ਅਤੇ ਕਸ਼ਹਿਰਾ ਉੱਧਰ ਅਤੇ ਚਰ ਛੁੱਟੀ, ਡਰ ਹੀ ਨਹੀਂ। ਗੁਰੂ ਦਾ ਡਰ ਇਹਨੂੰ ਖਲਾ ਬਣਾ ਪਾਓ, ਖਲਾ। ਪਰਮੇਸ਼ੁਰ ਦਾ ਡਰ, ਗੁਰੂ ਦਾ ਡਰ,
ਇਹ ਖਰਾ ਹੈ, ਇਹਦੇ ਨਾਲ ਅੱਗ ਜਿਹੜੀ ਚਮਕਦੀ ਰਹਿੰਦੀ ਠੰਡੀ ਠੰਡੀ, ਅਗਨ ਤਪ ਤਾਓ। ਇਹ ਜਿਹੜਾ ਗੁਰੂ ਦੇ ਕਹੇ ਅਨੁਸਾਰ ਸਰੀਰ ਨੂੰ ਕਸ਼ਟ ਦੇਣਾ, ਸੇਵਾ ਕਰਨੀ। ਹੁਣ ਅਸੀਂ ਚਾਹੁੰਦੇ ਹਾਂ ਵੀ ਸਾਡੇ ਭਾਂਡੇ ਕੋਈ ਚੁੱਕ ਲਏ, ਕੋਈ ਮਾਂਜ ਦੇ, ਸਾਡੇ ਕੋਲ ਨਹੀਂ ਮਾਂਜੇ ਜਾਂਦੇ। ਅੱਗੇ ਬੜੀ ਸੇਵਾ ਕਰਦੀਆਂ ਹਨ ਬੀਬੀਆਂ ਸੰਗਤਾਂ। ਮੈਂ ਕਦੋਂ ਪਠਾਨਕੋਟ ਚਲਾ ਗਿਆ ਅਤੇ ਉਹ ਸੈਕਟਰੀ ਸਾਹਿਬ ਕਹਿ ਰਹੇ, ਅਸੀਂ ਜੀ ਉਹ ਲੰਗਰ ਪਕਾਉਣ ਲਈ ਲਾਂਗਰੀ ਅੰਮ੍ਰਿਤਸਰੋਂ ਮੰਗਵਾਏ ਨੇ। ਮੈਂ ਐਵੇਂ ਕਹਿ ਬੈਠਿਆ, ਮੈਂ ਕਿਹਾ ਜੀ ਇੱਥੇ ਮੁੱਕ ਗਏ ਨੇ? ਆਉਂਦੇ ਨਹੀਂ ਜੀ, ਹੁਣ ਬੀਬੀਆਂ ਆਉਂਦੀਆਂ ਨੇ, ਸਾਡੇ ਸੂਟ ਜਿਹੜੇ ਨਾ ਉਹ ਪਸੀਨੇ ਨਾਲ ਖਰਾਬ ਹੋ ਜਾਂਦੇ ਅਤੇ ਅਸੀਂ ਹੁਣ ਫਿਰ ਉੱਥੋਂ ਮੰਗਵਾਏ ਨੇ, ਕੀ ਕਰੀਏ? ਲੰਗਰ ਤਾਂ ਪਕਾਉਣਾ, ਸੇਵਾ ਦਾ ਭਾਵ ਹੀ ਕਦੋਂ ਹੋਵੇ? ਇਹ ਤਪ ਤਾਉਣਾ ਸੀ। ਜਿਹਦੇ ਘਰ ਨੌਕਰ ਰੋਟੀ ਪਕਾਉਂਦੇ ਨੇ ਉਹ ਵੀ ਆਉਂਦਾ ਹੀ ਨਹੀਂ, ਮੈਂ ਗੁਰਦੁਆਰੇ ਜਾ ਕੇ ਝਾੜੂ ਫੇਰਨਾ, ਸੇਵਾ ਕਰਨਾ, ਇਹ ਤਪ ਤਾਉਣਾ ਸੀ। ਇਹ ਹੁਣ ਸਾਡੇ ਕੋਲੋਂ ਛੁੱਟ ਗਿਆ। ਬੀਬੀ ਉਹ ਗੁੱਸਾ ਲੰਗਰ, ਜੇ ਤੁਸੀਂ ਨਹੀਂ ਛੱਡਿਆ ਤਾਂ ਤੁਹਾਨੂੰ ਗੁੱਸਾ ਕਰਨ ਦੀ ਲੋੜ ਨਹੀਂ, ਜੇ ਛੱਡਿਆ ਤਾਂ ਕਰਿਆ ਕਰੋ ਸੇਵਾ, ਤਪ ਤਾਓ। ਇਹ ਜਿਹੜੀ ਸੇਵਾ ਹੈ ਇਹ ਤਪ ਤਾਉਣਾ ਹੈ। ਪਾਓ ਖਲਾ ਅਗਨ, ਫਿਰ ਭਾਂਡਾ ਪਾਓ। ਭਾਂਡਾ ਕੀ ਹੈ? ਬਰਤਨ, ਉਹ ਕੁਠਾਲੀ, ਪ੍ਰੇਮ ਦੀ ਕੁਠਾਲੀ ਬਣਾਓ। ਇਹ ਨਾ ਹੋਵੇ ਵੀ ਕਥਾ ਸੁਣੀ ਅਤੇ ਬਾਹਰ ਜਾ ਕੇ ਇੱਕ ਦੂਜੇ ਨੂੰ ਪੁੱਛ ਲਿਆ ਜੇ ਭੈਣ ਜੀ ਕੀ ਸੁਣਿਆ, ਅਤੇ ਬਹੁਤਿਆਂ ਦਾ ਜਵਾਬ ਹੋਵੇਗਾ ਸੁਣਿਆ ਤਾਂ ਜ਼ਰੂਰ ਹੈ ਜੀ, ਪਰ ਪਤਾ ਨਹੀਂ ਕੀ ਸੁਣਿਆ। ਫਿਰ ਦੱਸੋ ਮੇਰੇ ਸੁਣਾਏ ਦਾ ਕੀ ਫਾਇਦਾ? ਜੇ ਅਸੀਂ ਭੁੱਲ ਹੀ ਜਾਣਾ, ਨਹੀਂ ਪ੍ਰੇਮ ਕਰੋ ਵੀ ਆ ਗੱਲ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਸੇਵਾ ਕਰਦੇ ਸਨ, ਕਹਿੰਦੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਕੋਈ ਬਚਨ ਕਿਹਾ ਅਤੇ ਸ਼੍ਰੀ ਅਮਰਦਾਸ ਜੀ ਕਹਿਣਗੇ ਮਹਾਰਾਜ ਜੇ ਹੁਕਮ ਹੋਵੇ ਮੈਂ ਕਲਮ ਅਤੇ ਕਾਗਜ਼ ਲੈ ਆਵਾਂ, ਦੇਖ ਲਵਾਂ। ਬਚਨ ਬੜਾ ਪਿਆਰਾ ਅਤੇ ਗੁਰੂ ਅੰਗਦ ਦੇਵ ਜੀ ਪਤਾ ਕੀ ਕਹਿਣਗੇ? ਆਖਿਆ ਸ਼੍ਰੀ ਅਮਰਦਾਸ ਜੀ ਕਲੋ ਮਸਾਜਨੀ ਕਿਆ ਸਦਾਈ ਹੈ। ਕਲੋ ਕਹਿੰਦੇ ਕਲਮ, ਮਸਾਜਨੀ ਕਹਿੰਦੇ ਦੁਆਤ ਨੂੰ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਜੇ ਚੰਗਾ ਲੱਗਿਆ ਤਾਂ ਫਿਰ ਹਿਰਦੇ 'ਚ ਲਿਖੋ। ਫਿਰ ਇਹ ਕਿਉਂ ਹੋਵੇ ਜੀ ਪਤਾ ਨਹੀਂ ਜੀ ਕੀ ਸੁਣਿਆ ਜੀ ਭੁੱਲ ਗਏ ਜੀ? ਇਹੀ ਕਮੀ ਹੈ। ਫਿਰ ਧਿਆਨ ਦਿਓ, ਜਪ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ। ਪਾਓ ਖਲਾ ਅਗਨ ਤਪ ਤਾਓ, ਭਾਂਡਾ ਪਾਓ ਪ੍ਰੇਮ ਕਰੋ ਅਤੇ ਅੰਮ੍ਰਿਤ ਤਿੱਤ। ਇਹ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ, ਗੁਰੂ ਦਾ ਉਪਦੇਸ਼ ਰੂਪੀ ਅੰਮ੍ਰਿਤ, ਇਹ ਉਹਦੇ ਵਿੱਚ ਪਾਓ। ਅਤੇ ਘੜੀ ਹੈ ਸ਼ਬਦ ਸੱਚੀ ਟਕਸਾਲ। ਟਕਸਾਲ ਕਿਹਨੂੰ ਕਹਿੰਦੇ? ਜਿੱਥੇ ਸਿੱਕੇ ਬਣਦੇ ਨੇ, ਸਾਡੀ ਕਰੰਸੀ ਛਪਦੀ ਨਾ, ਉਹਨੂੰ ਟਕਸਾਲ ਕਹਿੰਦੇ। ਅੰਗਰੇਜ਼ੀ ਵਿੱਚ ਮਿੰਟ ਵੀ ਕਹਿੰਦੇ। ਆਹ ਜਿਹੜੀ ਸੰਗਤ ਹੈ ਨਾ, ਇਹ ਸੱਚੀ ਟਕਸਾਲ ਹੈ। ਇੱਥੇ ਸ਼ਬਦ ਆਚਰਨ ਕਰੈਕਟਰ ਘੜਿਆ ਜੜਿਆ, ਇਹਨੂੰ ਖੇਡ ਤਮਾਸ਼ਾ ਨਾ ਸਮਝੋ, ਅਖਾੜਾ ਨਾ ਬਣਾਓ। ਇਹ ਇੱਥੇ ਆ ਕੇ ਆਪਣਾ ਜੀਵਨ ਘੜਨਾ। ਹੁਣ ਦੱਸਣ 'ਚ ਕੋਈ ਕਸਰ ਹੈ ਤਾਂ ਮੈਂ ਫਿਰ ਦੱਸ ਦਿੰਦਾ, ਅਤੇ ਜੇ ਸਮਝ ਲਿਆ ਫਿਰ ਮਾਰੇ ਕਹਿੰਦੇ ਕਰੇਗਾ ਕੌਣ? ਜਿਨ ਕੋ ਨਦਰ ਕਰਮ ਤਿਨ ਕਾ, ਜਿਨ੍ਹਾਂ 'ਤੇ ਮਿਹਰ ਦੀ ਨਜ਼ਰ ਹੋ ਜਾਏਗੀ ਉਹ ਅੱਜ ਤੋਂ ਸ਼ੁਰੂ ਕਰ ਦੇਣਗੇ।
ਬਾਈ ਅਤੇ ਤਾਂ ਨਹੀਂ ਸੀ ਪਤਾ, ਜਪਜੀ ਸਾਹਿਬ ਇਵੇਂ ਪੜ੍ਹ ਜਾਂਦੇ ਸਾਂ, ਹੁਣ ਪਤਾ ਲੱਗ ਗਿਆ, ਹੁਣ ਅਸੀਂ ਕਰਾਂਗੇ। ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ। ਨਾਨਕ ਜੀ ਗਰੰਟੀ ਦਿੰਦੇ ਨੇ, ਨਦਰੀ ਉਹ ਜੋ ਨਦਰ ਦਾ ਮਾਲਕ ਹੈ ਨਾ, ਉਹਦੀ ਨਜ਼ਰ ਨਾਲ ਬਸ ਨਿਹਾਲ ਹੋ ਜਾ। ਫਿਰ ਸੱਜੇ ਖੱਬੇ ਕਿਸੇ ਡੇਰੇ 'ਤੇ ਜਾਣ ਦੀ ਲੋੜ ਨਹੀਂ, ਕਿਸੇ ਕੰਨਾ ਕੋਰਾ ਕੁਰ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ ਬਣਾਉਣ ਦੀ ਲੋੜ ਨਹੀਂ, ਫਿਰ ਐਨ ਸਿੱਧਾ ਰਸਤਾ ਪਤਾ ਲੱਗਦਾ। ਅਤੇ ਨਦਰੀ ਨਦਰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਦੇਖੋ ਪਾਤਸ਼ਾਹ ਐਸੇ ਅਲੰਕਾਰਕ ਤਰੀਕੇ ਨਾਲ ਸਮਝਾਉਂਦੇ ਨੇ, ਕਹਿੰਦੇ ਜਿਹੜਾ ਪਵਣ ਹੈ ਨਾ, ਪਵਣ ਹਵਾ ਸਵਾਸ, ਇਹ ਗੁਰੂ ਦਾ ਕੰਮ ਹੈ। ਮੈਂ ਬੋਲ ਰਿਹਾ ਤੁਹਾਡੇ ਕੰਨਾਂ ਨਾਲ ਜਾ ਕੇ, ਮੇਰੀ ਆਵਾਜ਼ ਟਕਰਾ ਰਹੀ, ਤੁਹਾਨੂੰ ਸਮਝ ਆ ਰਹੀ ਹੈ। ਇਹ ਸਵਾਸਾਂ ਦਾ ਚੱਲਣਾ ਜਿਹੜਾ, ਇਹ ਮਾਨੋ ਗੁਰੂ ਦਾ ਕੰਮ ਕਰ, ਭਾਵ ਗੱਲ ਸਮਝ। ਮੁਰਦਾ ਕੀ ਬੋਲੇਗਾ, ਤੋ ਇਹ ਪਵਣ ਜੋ ਹੈ ਸਵਾਸ ਜੋ, ਇਹ ਮਾਨੋ ਗੁਰੂ ਦਾ ਕੰਮ ਕਰ। ਕਈ ਹੁਜਤਬਾਜ਼ ਵੀ ਮਿਲਦੇ ਨੇ, ਉਹਦੀ ਫਿਰ ਪਵਣ ਗੁਰੂ ਹੋ ਗਈ ਤਾਂ ਫਿਰ ਇਹ ਗੁਰੂ ਦੀ ਕੀ ਲੋੜ, ਇਹ ਹੁਜਤ ਆ। ਗੱਲ ਨੂੰ ਸਮਝੋ, ਮਹਾਰਾਜ ਕਹਿਣਾ ਕੀ ਚਾਹੁੰਦੇ, ਜੇ ਮੇਰੇ ਅੰਦਰ ਸਵਾਸ ਹਨ ਤੁਹਾਡੇ ਅੰਦਰ ਸਵਾਸ ਨੇ, ਅਸੀਂ ਇੱਕ ਦੂਜੇ ਨਾਲ ਗੱਲ ਕਰਾਂਗੇ। ਫਿਰ ਪਾਣੀ ਪਿਤਾ, ਪਾਣੀ ਨੂੰ ਪਿਤਾ ਕਿਉਂ ਕਿਹਾ, ਧਰਤੀ 'ਤੇ ਪਾਣੀ ਨਾ ਵਰਸੇ ਇੱਥੋਂ ਕੱਖ ਵੀ ਨਹੀਂ ਪੈਦਾ ਹੋ ਸਕਦਾ, ਇਸ ਲਈ ਪਾਣੀ ਨੂੰ ਪਿਤਾ ਕਿਹਾ। ਫਿਰ ਮਾਤਾ ਧਰਤ ਮਹੱਤ, ਇਹ ਵੱਡੀ ਮਾਂ ਹੈ, ਇੱਕ ਮਾਂ ਜਿਹੜੀ ਛੋਟੀ ਜਿਹੀ ਆਪਣੇ ਪਰਿਵਾਰ ਫੈਮਿਲੀ ਨੂੰ ਦੋ ਚਾਰ ਜੀਆਂ ਨੂੰ ਸੰਭਾਲਦੇ, ਇਹ ਵੱਡੀ ਮਾਂ। ਮਾਤਾ ਹੀ ਹੈ, ਮਾਂ ਵਾਸਤੇ ਹੈਗਾ ਉਹ, ਮਾਤਾ ਹੁੰਦਾ ਜਿਹੜਾ ਮਸਿਆ ਹੋਇਆ ਹੋਵੇ, ਉਹਦਾ ਇੱਥੇ ਕੋਈ ਪ੍ਰਕਰਨ ਨਹੀਂ ਹੈ। ਮਾਤਾ ਧਰਤ ਮਹਾਤਮਾ, ਇਹ ਧਰਤੀ ਜਿਹੜੀ ਹੈ ਇਹ ਵੱਡੀ ਮਾਂ ਹੈ, ਇਹਦੇ ਅੰਦਰ ਕੋਈ ਵਿਤਕਰਾ ਨਹੀਂ ਹੈਗਾ, ਸਾਰੇ ਆਪਾਂ ਇਸੇ 'ਤੇ ਹੀ ਤੁਰਦੇ ਫਿਰਦੇ ਵਰਦੇ ਕਰਦੇ। ਮਾਤਾ ਧਰਤ ਦਿਵਸ ਰਾਤ ਦੋਏ, ਇਹਨੂੰ ਦੋਏ ਨੂੰ ਦਿਵਸ ਰਾਤ, ਇਹ ਦੋਵੇਂ ਖਡਾਵੀ ਅਤੇ ਖਡਾਵਾ ਨੇ, ਇਹ ਉਹਦੀ ਰਹਿਮਤ ਹੈ। ਉਹਨੇ ਆਖਿਆ ਮੇਰੇ ਬੱਚੇ ਸਾਰਾ ਦਿਨ ਕੰਮ ਕਰਨਗੇ, ਰਾਤੀ ਸੌਂ ਜਾ। ਦਿਵਸ ਰਾਤ ਦੋਏ ਖੇਲੈ ਸਗਲ, ਕੋਈ ਜਗਤ ਪੜ੍ਹਦਾ,
ਮੈਂ ਤਾਂ ਜਗਤ ਵੀ ਪੜ੍ਹ ਲੈਂਦਾ ਮਹੱਤ ਦੇ ਨਾਲ, ਤੁਕਾਂਤ ਪੂਰਾ ਜਗਤ ਵੀ ਪੜ੍ਹ, ਅਰਥਾਂ 'ਚ ਕੋਈ ਫਰਕ ਨਹੀਂ ਪੈਂਦਾ। ਪਰ ਕਈ ਸੁਭਾਵਕ ਨਹੀਂ ਜੀ ਜਗਤ ਪੜ੍ਹੋ, ਚਲੋ ਜਗਤ ਪੜ੍ਹ ਲਓ, ਮਹੱਤ ਦੇ ਨਾਲ ਜਗਤ ਪੜ੍ਹ ਲਓ ਤਾਂ ਕੋਈ ਦੋਸ਼ ਨਹੀਂ ਹੈਗਾ। ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਖੇਲੈ ਸਗਲ ਜਗਤ, ਇਹ ਸਾਰਾ ਸੰਸਾਰ ਇਹਨਾਂ ਦੇ ਉੱਤੇ ਖੇਡ। ਹੁਣ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ, ਕਹਿੰਦੇ ਗੱਲ ਸੁਣ ਲਓ, ਚੰਗਿਆਈਆਂ ਬੁਰਿਆਂ ਆਈਆਂ ਵਾਚੈ ਧਰਮ ਹਦੂਰ। ਹੁਣ ਸਾਡੇ ਚੋਂ ਕਈ ਵਾਜੇ ਹੀ ਪੜ੍ਹੀ ਜਾਂਦੇ, ਵਾਜੇ ਧਰਮ ਨਹੀਂ, ਇਹ ਹੈ ਵਾਚੈ। ਵਾਚੇ ਦਾ ਮਤਲਬ ਵਾਚ ਕੇ ਦੱਸਣਾ, ਹਦੂਰੀ ਵਿੱਚ ਧਰਮ ਰਾਜਾ ਦੱਸਦਾ ਵੀ ਆਹ ਜਿਹੜਾ ਬੰਦਾ ਆਇਆ ਜੇ ਨਾ, ਇਹਨੇ ਆਹ ਕਰਤੂਤਾਂ ਕੀਤੀਆਂ, ਜੇ ਚੰਗੇ ਕੀਤੇ ਤਾਂ ਵੀ ਦੱਸੇਗਾ ਮਤਲਬ। ਫਿਰ ਕਰਮੀ ਆਪੋ ਆਪਣੀ, ਕੋਈ ਰੱਬ 'ਤੇ ਦੋਸ਼ ਨਾ ਦੇ, ਆਪਣੇ ਆਪਣੇ ਕਰਮਾਂ ਕਰਕੇ। ਕੇ ਨੇੜੇ ਕੇ ਦੂਰ, ਕਈ ਪੜ੍ਹਨਗੇ ਕਿਆ ਨੇੜੇ ਕਿਆ ਦੂਰ, ਕਿਆ ਨੇੜੇ ਨਹੀਂ, ਕੇ ਕੁਝ ਨੇੜੇ ਹੋ ਜਾਂਦੇ ਨੇ ਕੁਝ ਦੂਰ ਹੋ ਜਾਂਦੇ। ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲਣਗੇ ਉਹ ਨੇੜੇ ਹੋ ਜਾਂਦੇ, ਜਿਹੜੇ ਮਨਮਰਜ਼ੀਆਂ ਕਰਨਗੇ ਦੂਰ ਹੋ ਜਾਂਦੇ। ਲਓ ਹੁਣ ਅਖੀਰ 'ਚ ਮਾਰਗ ਨੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਭਾਈ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਇਆ ਗਏ ਮੁਸ਼ਕਤ ਘਾਲ, ਉਹਨਾਂ ਨੇ ਮਿਹਨਤ ਕੀਤੀ ਹੈ। ਇਹ ਮੁਸ਼ਕਤ ਸ਼ਬਦ ਫਾਰਸੀ ਦਾ, ਘਾਲਣਾ ਘਾਲੀ ਹੈ, ਨਾਮ ਧਿਆਉਣਾ ਸੌਖਾ ਨਹੀਂ ਹੈਗਾ, ਮਿਹਨਤ ਕਰਨੀ ਪੈਂਦੀ। ਦੁਨੀਆਂ ਦੀਆਂ ਗੱਲਾਂ ਸੁਣੋ ਫਿਰ ਨਹੀਂ ਜਾ ਸਕਦਾ। ਮੈਂ ਤੁਹਾਨੂੰ ਵਾਰ ਵਾਰ ਇਹ ਕਿਹਾ ਕਿ ਮੈਂ ਕਥਾ ਬਾਤ, ਜਦੋਂ ਮੈਂ ਕਿਸੇ ਗੱਲ ਨੂੰ ਖੋਲ ਫਿਰ ਮੈਂ ਨਾਲ ਕੋਈ, ਪਰ ਹੁਣ ਟਾਈਮ ਨਹੀਂ ਹੈਗਾ। ਇਸ ਲਈ ਮੁਸ਼ਕਤ ਦਾ ਮਤਲਬ ਘਾਲਣਾ ਕਰਨੀ ਹੈ, ਅਤੇ ਪਾਤਸ਼ਾਹ ਦੇ ਨਾਨਕ ਤੇ ਮੁੱਖ ਉਜਲੇ, ਉਹ ਮੂੰਹ ਉਜਲੇ ਹਨ ਅਤੇ ਉਹਨਾਂ ਦੀ ਸੰਗਤ ਕਰਕੇ ਕੇਤੀ ਛੁੱਟੀ, ਕਿੰਨਿਆਂ ਹੋਰਨਾਂ ਦਾ ਵੀ ਉਧਾਰ ਹੋ ਰਿਹਾ। ਲਓ ਸਮਾਂ ਹੋ ਚੁੱਕਾ, ਮੈਂ ਜਾਣ ਕੇ ਇਹ ਰਾਤ ਦੀ ਸੰਗਤ ਦੀ ਹਾਜ਼ਰੀ ਨੂੰ ਦੇਖ ਕੇ ਸਵੇਰੇ ਖੰਡ ਪੂਰੇ ਨਹੀਂ ਸੀ ਕੀਤੇ। ਮੈਂ ਕਿਹਾ ਵੀ ਰਾਤ ਨੂੰ ਜੇ ਮੇਰਾ ਤਾਂ ਸੌਦਾ ਹੈ ਨਾ ਵੇਚਣਾ, ਮੈਂ ਜਿੰਨਾ ਵੱਧ ਤੋਂ ਵੱਧ ਵੇਖਿਆ ਮੈਨੂੰ ਉਨਾ ਲਾਭ ਹੁੰਦਾ। ਜਿੰਨਾ ਜ਼ਿਆਦਾ ਸੰਗਤ ਨੂੰ ਪਤਾ ਲੱਗੇਗਾ ਉਨੇ ਤੁਸੀਂ ਗੁਰੂ ਨਾਲ ਜੁੜੋਗੇ ਅਤੇ ਗੁਰੂ ਦੀ ਰਹਿਮਤ ਤੁਹਾਡੇ 'ਤੇ ਵੀ ਹੋਵੇਗੀ, ਕੁਝ ਨਾ ਕੁਝ ਮੇਰੇ 'ਤੇ ਵੀ ਹੋ ਜਾਏਗੀ। ਕਰੋ ਕਿਰਪਾ, ਹੁਣ ਇਹ ਸਾਰੀਆਂ ਪੌੜੀਆਂ ਪੜ੍ਹ ਲਓ ਫਿਰ ਫਤਿਹ ਬੁਲਾ ਦੇਣਾ। ਰਾਤੀ ਰੁੱਤੀ ਠਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆਨ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਘੜੀਐ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਛੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ,
ਜਿਨਕੇ ਰਾਮ ਵਸੈ ਮਨ ਮਾਹੀ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਓ, ਭਾਂਡਾ ਪਾਉ ਅੰਮ੍ਰਿਤ ਤਿਤ ਢਾਲ, ਕੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਉਜਲੇ ਨਹੀਂ ਉਜਲੇ, ਕੇਤੀ ਛੁੱਟੀ ਨਾਲ। ਹਾਂਜੀ, ਮਸ਼ਕਤ ਸ਼ਬਦ ਹੈ, ਮਸ਼ਕਤ ਨਹੀਂ ਹੈਗਾ, ਇਹ ਫਾਰਸੀ ਦਾ ਸ਼ਬਦ ਹੈ ਅਤੇ ਉੱਥੇ ਮਸ਼ਕਤ ਹੀ ਕਿਹਾ ਜਾਂਦਾ, ਮਿਹਨਤ ਕਰਨ ਕਾਲਣਾ ਕਾਲਣਾ, ਮਸ਼ਕਤ ਨਹੀਂ ਹੈਗਾ। ਹਾਂਜੀ, ਮੈਂ ਜੋ ਬੇਨਤੀ ਕਰ ਰਿਹਾ ਕਿ ਜਿਹੜੀ ਭਾਸ਼ਾ ਵਿੱਚੋਂ ਜਿਹੜਾ ਸ਼ਬਦ ਆਇਆ ਹੋਇਆ, ਅਸੀਂ ਉਹਨੂੰ ਅਦਲ ਬਦਲ ਨਹੀਂ ਕਰ ਸਕਦੇ, ਜਾਂ ਮਸਕਤ ਦੇ ਅਰਥ ਦੱਸੋ।
ਇਹ ਸ਼ਬਦ ਮੁਸ਼ਕਤ ਹੈ, ਮਿਹਨਤ ਹੈ। ਹਾਂਜੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਮੈਂ ਤਾਂ ਕਮੇਟੀ ਨੂੰ ਕਹਾਂਗਾ ਵੀ ਅੱਜ ਮੈਨੂੰ ਛੁੱਟੀ ਦਿਓ, ਕਿਉਂਕਿ ਹੁਣ ਜਪੁਜੀ ਸਾਹਿਬ ਪੂਰਾ ਹੋ ਗਿਆ, ਜਪੁ ਸਾਹਿਬ ਫਿਰ ਕਰੇਗਾ, ਮੈਂ ਹੁਣ ਥੱਕ ਗਿਆ। ਹੈਂ, ਦੇਖ ਲਓ ਮੈਂ ਤਾਂ ਕਹਿੰਦਾ ਹੁਣ ਛੁੱਟੀ ਦੇ। ਚਲੋ ਸਤਸੰਗ ਜੀ ਭਰੋਗੇ ਹਾਜ਼ਰੀ? ਚਲੋ ਅੱਛਾ, ਇੱਕ ਹੋਰ ਬੇਨਤੀ ਹੈ ਵੀ ਇੱਕ ਮਾਤਾ ਜੀ ਹੁਣੇ ਹੁਣੇ ਮਿਲੇ ਮੈਨੂੰ, ਉਹ ਬੜੇ ਦੁਖਤ ਮਨ ਨਾਲ ਕਹਿ ਰਹੇ ਸਨ ਵੀ ਆ ਜਿਹੜੀਆਂ ਬੀਬੀਆਂ ਇੱਥੇ ਬੈਠੀਆਂ ਨਾ ਪਿੱਠ ਕਰਕੇ, ਇਹਨਾਂ ਬੈਠਿਆ ਥੋੜ੍ਹਾ ਸੱਜੇ ਖੱਬੇ ਕਰ ਲਓ, ਕਿਉਂਕਿ ਇੱਥੇ ਤੁਹਾਡਾ ਸੁਖਾਸਨ ਸਥਾਨ ਹੈ ਮਹਾਰਾਜ ਦਾ, ਅਤੇ ਪਤਾ ਹੈ ਤੁਹਾਨੂੰ, ਫਿਰ ਅਸੀਂ ਡਰ ਥੋੜ੍ਹਾ ਉੱਧਰ ਕਰ ਲਓ, ਉੱਧਰ ਕਰ ਲਓ, ਇੱਧਰ ਪਿੱਠ ਕਰ ਲਓ। ਉਹ ਬੜੇ ਦੁਖਦ ਸਨ, ਅਤੇ ਮੈਂ ਆਦਤ ਨਹੀਂ ਮੇਰੀ, ਮੈਂ ਆਪਣੇ ਪ੍ਰਕਰਨ ਤੱਕ ਰਹਿੰਦਾ ਜ਼ਿਆਦਾ, ਮੈਂ ਦਰਬਾਰ ਸਾਹਿਬ ਵੀ ਜਾਵਾਂ ਨਾ ਕਥਾ ਕਰਨ, ਅਤੇ ਬੜੇ ਫੋਨ ਆਉਂਦੇ ਨੇ ਬਾਬਾ ਜੀ ਅੱਜ ਆਹ ਗੱਲ ਜ਼ਰੂਰ ਕਰਿਆ ਜੇ, ਆਹ ਜ਼ਰੂਰ ਦੱਸਿਆ ਜੇ। ਉਹ ਮੈਂ ਕਿਹਾ ਬਈ ਮੈਂ ਹੁਕਮਨਾਮੇ ਦੀ ਕਥਾ ਕਰਾਂਗੇ, ਮੈਂ ਤੁਹਾਡੀਆਂ ਗੱਲਾਂ ਦੱਸਾਂ, ਪਰ ਉਹਨਾਂ ਨਾਲ ਮੈਨੂੰ ਪੀੜਾ ਦੇਖ ਕੇ ਮੈਨੂੰ ਕਹਿਣਾ ਪਿਆ ਵੀ ਇੱਥੇ ਨਾ ਇਹ ਕੁਰਸੀਆਂ ਲਾਇਆ ਕਰੋ, ਇਹ ਠੀਕ ਨਹੀਂ। ਮੈਂ ਕਹਿ ਹੀ ਸਕਦਾ, ਮੰਨਣਾ ਹੁਣ ਤੁਹਾਡੀ ਡਿਊਟੀ। ਚਲੋ ਸਵੇਰੇ ਉਹੀ 7:45 ਤੋਂ 7:45 ਦਾ ਟਾਈਮ ਹੈ, ਜਾਪ ਸਾਹਿਬ ਸ਼ੁਰੂ ਹੋਵੇਗਾ। ਜਿਹਨਾਂ ਨੂੰ ਚਾਹ ਹੈ ਵੀ ਸਾਡਾ ਜਾਪ ਸਾਹਿਬ ਦਾ ਪਾਠ ਸ਼ੁੱਧ ਹੋ ਜਾਏ, ਉਚਾਰਨ ਸ਼ੁੱਧ ਹੋ ਜਾਏ, ਉਹ ਬਈ ਜ਼ਰੂਰ ਆਇਓ। ਵਾਹਿਗੁਰੂ ਜੀ ਕਾ ਖਾਲਸਾ। ਮਹੱਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ।